सत श्री अकाल। तुसी देख रहे हो तख्त पंजाब। मैं तुहाडे नाल सुखविंदर सिंह, मेरे नाल सरदार रणजीत सिंह कुकी गिल ने कुछ अहम मुद्दों के उत्ते चर्चा करांगे। स्वागत है तुहाडा गिल साहब। थैंक यू सुखविंदर, गुड टू बी विद यू। धन्यवाद गिल साहब। इलैक्शन के नतीजों तो बाद सोशल मीडिया के उत्ते जा आम चर्चा जिहड़े पंजाब लई गल करदे ने जां पंजाबीयत लई खड़दे ने उन्होंने विचे होने लग गई है कि जी सानू नहीं बोलन की लोड़, असी क्यों इन्हां लोकां दी फिक्र करिए, क्यों इन्हां लोकां लई अड़िए खड़िए, सरकारां नाल मत्थे लाइए, जां इस तरह की गलबात छिड़न लग गई आ। ते रही गल आम आदमी पार्टी दे जित्तन तो बाद बाकी पार्टियां दी स्थिति की है, अकाली दल की सब तो वड्डी गल ये निकल के सामने आ रही है कि भाजपा दे नाल गठजोड़ क्यों ना कर लईए, ये अकाली वर्करां शायद हो सकती है उपरले लैवल ते होनी जां ना होनी, जिवें चीमा साहब दा बयान सामने आया जां पिछे जे बलटोआ साहब ने भी कहा सी कि बादल साहब की चाहुंदे सीगे, बसपा दे नाल अगों रहना है जां नहीं रहना, जां बसपा दा पूरे पंजाब दे विच किस तरह दा प्रभाव है, ये हुण मतलब के जोड़ तोड़ होण लग गया हुण तो ही, क्योंकि 24 दी सियासत सिर ते आ, गली गली दे विच इश्तिहार बोर्ड पेंटिंग्स वगैरह साढ़े भी इत्थे महल्ले दे विच सारे किते तकरीबन 100-150 तां मैं आप देख लिया ने कि जी अगली बार मोदी सरकार, एक मौका मोदी सरकार नूं होर ਏਦਾਂ ਦਾ ਚੱਲਣ ਲੱਗ ਗਿਆ। ਤਾਂ ਇਹਦੇ ਵਿਚਾਲੇ ਅਕਾਲੀ ਦਲ ਵੀ ਆਪਣੀ ਜ਼ਮੀਨ ਖੋਜ ਰਿਹਾ ਕਿ 2017 ਤੋਂ ਜਿਹੜੇ ਪੈਰ ਨਹੀਂ ਲੱਗੇ ਹੁਣ ਤੱਕ ਇੰਨੇ ਸਾਲ ਬੀਤ ਗਏ ਨੇ, 2027 ਵੀ ਨੇੜੇ ਆ ਜਾਣਾ, ਏਦਾਂ ਕਰਦਿਆਂ ਕਰਦਿਆਂ ਕਦੋਂ ਤੱਕ ਅਸੀਂ ਜਿਹੜਾ ਆਪਣੇ ਦਮ ਦੇ ਉੱਤੇ ਇਲੈਕਸ਼ਨ ਲੜਾਂਗੇ। ਇਸ ਲਈ ਨਜ਼ਰਾਂ ਭਾਜਪਾ ਦੇ ਵੱਲ। ਜਿਹੜੀ ਇਸ ਟਾਈਮ ਦੇ ਨਾ ਪੰਜਾਬ ਦੀ ਪ੍ਰੈਜੈਂਟ ਸਿਚੁਏਸ਼ਨ ਆ, ਆਫਟਰ ਦਾ ਬਾਇਪੋਲ ਦਾ ਜਿਹੜਾ ਰਿਜ਼ਲਟ ਆਇਆ ਜਲੰਧਰ ਦਾ, ਤਕਰੀਬਨ ਇਹ ਸੀਗਾ ਕਿ ਇੰਨੀ ਲੀਡ ਤੇ ਆਪ ਦੇ ਜਿੱਤਣ ਦੀ ਉਮੀਦ ਨਹੀਂ ਸੀ, ਪਰ ਸੰਭਾਵਨਾ ਇਹਨਾਂ ਵੱਲ ਨੂੰ ਸੀ ਕਿਉਂਕਿ ਇਸ ਵਾਰੀ ਇਹਨਾਂ ਨੇ ਹਰ ਇੱਕ ਜੋ ਸਰਕਾਰੀ ਹੀਲਾ ਵਰਤਿਆ ਜਾ ਸਕਦਾ, ਜਾਇਜ਼ ਨਜਾਇਜ਼, ਉਹ ਇਹਨਾਂ ਨੇ ਇਸ ਵਾਰੀ ਵਰਤਿਆ, ਜੋ ਕਿ ਸੰਗਰੂਰ 'ਚ ਇਹਨਾਂ ਨੇ ਨਹੀਂ ਸੀ ਐਂ ਲਾਇਆ। ਇੱਥੇ ਜਿਹੜਾ ਧੱਕਾ ਵੀ ਕੀਤਾ ਹੈਗਾ, ਲੋਕਾਂ ਨੂੰ ਖਰੀਦਿਆ ਵੀ ਆ, ਹੋਰ ਵੀ ਅਲਿਓਰਮੈਂਟਸ ਦਿੱਤੀਆਂ ਨੇ। ਸਾਰਿਆਂ ਨਾਲੋਂ ਵੱਡੀ ਅਲੋਰਮੈਂਟ ਆ ਜਿਹੜੀ ਇਹਨਾਂ ਨੇ ਜੁਲਾਈ 2022 'ਚ ਜੋ ਮੁਫਤ ਬਿਜਲੀ ਦੇ ਯੂਨਿਟਸ ਦੀ ਕੀਤੀ ਸੀ, ਉਹਦਾ ਕਾਫੀ ਪ੍ਰਭਾਵ ਪਿਆ। ਭਾਵੇਂ ਉਹਦੇ ਨਾਲ ਇਹਨਾਂ ਨੇ ਪਿਛਲੇ ਸਾਲ ਦੇ ਦੌਰਾਨ ਇਸ ਪੰਜਾਬ ਸਰਕਾਰ ਨੇ, ਚੀਫ ਮਿਨਿਸਟਰ ਭਗਵੰਤ ਮਾਨ ਦੀ ਸਰਕਾਰ ਨੇ 85,000 ਕਰੋੜ ਦਾ ਕਰਜ਼ਾ ਚੱਕਿਆ, ਜਿਹੜਾ ਕਿ ਕਿਤੇ ਵੀ ਫਿਗਰ ਬਾਹਰ ਨਹੀਂ ਆ ਰਹੀ। ਇਹ ਜੇ ਇੰਨਾ ਕਰਕੇ ਗਿਰਵੀ ਕਰਕੇ ਪੰਜਾਬ ਨੂੰ, ਇਹਦੀਆਂ ਬਿਲਡਿੰਗਾਂ ਗਿਰਵੀ ਹੋ ਚੁੱਕੀਆਂ ਨੇ, ਇਹਦੀਆਂ ਪਾਰਕਾਂ ਗਿਰਵੀ ਹੋ ਚੁੱਕੀਆਂ ਨੇ, ਇਹਨਾਂ ਦੀ ਜਿਹੜੇ ਬੋਰਡਸ ਨੇ ਮੰਡੀ ਬੋਰਡ ਵਰਗੇ, ਉਹ ਵੀ ਮਤਲਬ ਕਿ ਗਿਰਵੀ ਧਰੇ ਗਏ ਨੇ ਕੋਲੈਟਰਲ ਵਜੋਂ। ਉਹਨਾਂ ਤੋਂ 2 ਵਾਰ ਜਿਹੜਾ ਡਿਫਾਲਟ ਹੋ ਚੁੱਕਿਆ ਹੈਗਾ, ਜਿਹੜੀਆਂ ਉਹਨਾਂ ਦੀਆਂ ਇੰਟਰਸਟ ਪੇਮੈਂਟ ਸੀ, ਉਸ ਦੇ ਵਿੱਚ ਲੋਕਾਂ ਨੂੰ ਇਹ ਤੈਅ ਕਰਨਾ ਔਖਾ ਹੋ ਰਿਹਾ ਕਿ ਸਾਨੂੰ ਸਸਤੀ ਬਿਜਲੀ ਚਾਹੀਦੀ ਆ ਕਿ ਸਾਨੂੰ ਮੁਫ਼ਤ ਚਾਹੀਦੀ ਆ। ਉਸ ਮੁਫ਼ਤਖੋਰੀ ਦੀ ਸ਼ਾਸਤ ਵਿੱਚ ਪੰਜਾਬ ਜਿਹੜਾ ਹੈਗਾ ਇਟਸੈਲਫ ਬੈਂਕਰਪਸੀ ਵੱਲ ਨੂੰ ਵੱਧ ਰਿਹਾ। ਇਹਨਾਂ ਦੀਆਂ ਸਾਰੀਆਂ ਲਿਮਿਟਸ ਹੁਣ ਕ੍ਰੋਸ ਹੋ ਚੁੱਕੀਆਂ ਨੇ, ਹੁਣ ਅਗਲਾ ਕਰਜ਼ਾ ਲੈਣ ਲਈ ਵੀ ਇਹਨਾਂ ਨੂੰ ਦਿੱਕਤਾਂ ਆਉਣਗੀਆਂ ਐਸ ਪਰ ਦਾ ਰਿਜ਼ਰਵ ਬੈਂਕ ਆਫ ਇੰਡੀਆ ਦੀ ਗਾਈਡਲਾਈਨਸ ਤੋਂ। ਉਸ ਚੀਜ਼ ਕਰਕੇ ਮੈਂ ਇਹ ਸੋਚਦਾ ਕਿ ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ 'ਚ ਕੋਈ ਦਵਾ ਕਰੇ, ਇਹ ਜ਼ਮੀਨ ਹੋਵੇ ਸਰੰਗਲੀ, ਇਹ ਦਰਖਤ ਹੋਣ ਹਰੇ ਭਰੇ, ਮਤਲਬ ਕਿ ਮੇਰੀ ਤਾਂ ਇਹ ਦਵਾ ਹੈਗੀ ਕਿ ਸਾਡਾ ਮੁੜ ਕੇ ਹਰਿਆਵਲ ਆਵੇ ਪੰਜਾਬ 'ਚ, ਕਿਉਂਕਿ ਪੰਜਾਬ ਵਾਤਾਵਰਨ ਦੇ ਪੱਖ ਤੋਂ ਵੀ ਬਹੁਤ ਬੁਰੀ ਤਰ੍ਹਾਂ ਤਿਲਕ ਰਿਹਾ। ਇਹਦਾ ਜਿਹੜਾ ਜ਼ਮੀਨੀ ਪੱਧਰ 'ਤੇ ਪਾਣੀ ਆ ਉਹ ਮੁੱਕ ਰਿਹਾ ਹੈਗਾ, ਉਸ ਬਾਰੇ ਕੋਈ ਉਪਰਾਲਾ ਨਹੀਂ ਹੋ ਰਿਹਾ। ਆਪਾਂ ਸਬਸਿਡੀਜ਼ ਦੀ, ਫਰੀ ਬੀਜ ਦੀ, ਪੋਲੀਟੀਕਲ ਚੈਰਿਟੀਜ਼ ਦੀ ਸਿਆਸਤ ਰਾਹੀਂ ਲੋਕਾਂ ਨੂੰ ਪੋਲੀਟੀਕਲੀ ਕਰਪਟ ਕਰਕੇ ਉਹਨਾਂ ਤੋਂ ਵੋਟਾਂ ਹਾਸਲ ਕਰ ਰਹੇ ਹਾਂ। ਇਹ ਜਿਹੜੀ ਚੀਜ਼ ਆ ਇਹ ਅਲਟੀਮੇਟਲੀ ਇਹਨੇ ਪੇ ਅਪ ਕਰ ਜਾਣਾ। ਇਹਦੇ ਨਾਲ ਜਿਹੜਾ ਪੰਜਾਬ ਦੀ ਓਵਰਆਲ ਹੋਲਿਸਟਿਕ ਜਿਹੜੀ ਡਿਵੈਲਪਮੈਂਟ ਹੈਗੀ ਆ ਉਹਦੇ 'ਤੇ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਜੀ, ਕਿਉਂਕਿ ਆਪਾਂ ਚਾਹੇ ਰੋਡਵੇਜ਼ ਨੂੰ ਦੇਖ ਲਓ, ਉੱਥੇ ਵੀ ਬਹੁਤ ਵੱਡਾ ਵਿੱਤੀ ਸੰਕਟ ਖੜਾ ਹੈਗਾ।
ਕਿੰਨੇ ਕਰੋੜਾਂ ਦਾ ਉਹਨਾਂ ਨੂੰ ਰੋਜ਼ ਘਾਟਾ ਪੈ ਰਿਹਾ, ਕਿਉਂਕਿ ਉੱਥੇ ਮੁਫ਼ਤ ਜਿਹੜੀ ਲੇਡੀਜ਼ ਨੂੰ ਦਿੱਤੀ ਗਈ ਹੈਗੀ ਆ ਟਰੈਵਲ ਦੀ ਫੈਸਿਲਿਟੀ, ਉਹਦੇ ਨਾਲ ਦੋਹਰੀ ਮਾਰ ਪੈ ਰਹੀ। ਇੱਕ ਤਾਂ ਰੋਡਵੇਜ਼ ਜਿਹੜੀ ਹੈਗੀ ਆ ਉਹ ਕਲੈਪਸ ਕਰ ਰਹੀ ਆ, ਦੂਜੇ ਪਾਸੇ ਜਿਹੜੇ ਪ੍ਰਾਈਵੇਟ ਓਪਰੇਟਰਸ ਨੇ ਉਹਨਾਂ ਨੂੰ ਆਪਣੀਆਂ ਸੌਵਾਂ ਬੱਧੀ ਬੱਸਾਂ ਖੜੀਆਂ ਕਰਨੀਆਂ ਪੈ ਰਹੀਆਂ ਨੇ। ਈਵਨ 18 ਰੋਡਵੇਜ਼ ਦੇ ਵਿੱਚ ਵੀ, ਇਹਨਾਂ ਦੇ ਡੀਪੋਆਂ ਵਿੱਚ ਵੀ ਕਈ ਸੌ ਬੱਸਾਂ ਖੜੀਆਂ ਨੇ, ਕਿਉਂਕਿ ਉਹਨਾਂ ਨੂੰ ਚਲਾਉਣ ਯੋਗ ਬਣਾਉਣ ਲਈ ਇਹਨਾਂ ਕੋਲ ਰੋਡਵੇਜ਼ ਕੋਲ ਸਰਮਾਇਆ ਹੈ ਨਹੀਂ। ਇਸੇ ਤਰ੍ਹਾਂ ਬਿਜਲੀ ਬੋਰਡ ਹੈਗਾ, ਭਾਵੇਂ ਕਹਿੰਦੇ ਕਿ ਅਸੀਂ 20,000 ਕਰੋੜ ਤੋਂ ਉੱਤੇ ਦੀ ਜਿਹੜੀ ਉਹਨਾਂ ਦੀ ਸਬਸਿਡੀ ਸੀਗੀ ਅਸੀਂ ਸਾਰੀ ਪੇ ਕਰਤੀ ਆ, ਪਰ ਪੇ ਐ ਕੀਤੀ ਆ ਵੀ ਉਹਨਾਂ ਨੂੰ ਦਿੱਤੀ ਆ, ਦੂਜੇ ਥਾਂ ਤੋਂ ਕਰਜ਼ਾ ਚੱਕਿਆ। ਇੱਥੇ ਕੋਈ ਨਵੀਂ ਇਨਵੈਸਟਮੈਂਟ ਲਾਉਣ ਲਈ ਕੋਈ ਸੋਚਦਾ ਨਹੀਂ, ਕਿਉਂਕਿ ਜਿਸ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਉਹ ਗਰਾਊਂਡ ਰਿਐਲਿਟੀ ਦੇ ਵਿੱਚ ਬਹੁਤ ਮਤਲਬ ਕਿ ਸੀਰੀਅਸ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ। ਇਹ ਰੋਜ਼ ਇੱਥੇ ਫਲੈਗ ਮਾਰਚ ਕਰਦੇ ਫਿਰਦੇ ਨੇ, ਆਪਣੇ ਲੋਕ ਜਿਹੜੇ ਪਹਿਲੇ ਹੀ ਸਹਿਮੇ ਹੋਏ ਆ ਉਹਨਾਂ ਨੂੰ ਹੋਰ ਫੇਅਰ ਸਾਈਕੋਸਿਸ ਦੀ ਸਿਆਸਤ ਵਿੱਚ ਘੇਰ ਰਹੇ ਆ। ਵੈਸੇ ਵੀ ਜਿਹੜੀ ਇੰਡੀਅਨ ਪੋਲੀਟਿਕਸ ਹੈਗੀ ਆ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਇੰਡੀਆ ਦਾ ਪ੍ਰਾਈਮ ਮਿਨਿਸਟਰ ਰਿਲੀਜੀਅਸ ਮੁੱਦਿਆਂ 'ਤੇ ਨਾਅਰੇ ਲਾ ਰਹੇ ਨੇ, ਰਿਲੀਜੀਅਸ ਫਰਵਰ ਨੂੰ ਜਗਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ, ਮਤਲਬ ਕਦੀ ਕਿਸੇ ਨੂੰ ਲਿਆਉਂਦੇ ਨੇ ਕਦੀ ਕਿਸੇ ਰੱਬ ਨੂੰ ਅੱਗੇ ਲਿਆਉਂਦੇ ਨੇ। ਇਸੇ ਤਰ੍ਹਾਂ ਜਿਹੜੇ ਹੁਣ ਪ੍ਰੈਜੈਂਟ ਗਵਰਨਮੈਂਟ ਆ ਪੰਜਾਬ ਦੀ, ਇਹਨਾਂ ਦੇ ਵੀ ਜਿਹੜੇ ਸੁਪਰੀਮੋ ਨੇ ਉਹ ਵੀ ਜਿਹੜਾ ਹੈਗਾ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਹਿੰਦੂ ਮਤ ਨੂੰ ਅੱਗੇ ਲਿਆ ਕੇ ਸਿਆਸਤ ਤੋਂ ਖੜਾ ਕਰ ਰਹੇ ਨੇ। ਚਾਹੇ ਉਹ ਦੇਖ ਲਓ ਇਕੋਨਮੀ ਬਾਰੇ ਉਹਨਾਂ ਦਾ ਜੋ ਆਇਆ ਸੀ ਵੀ ਨੋਟਾਂ 'ਤੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾ ਦਿਓ, ਇਹਦੇ ਨਾਲ ਸਾਡੀ ਇਕੋਨਮੀ ਚੱਲ ਪਊਗੀ। ਉਹ ਐਗਜ਼ਾਮਪਲ ਦਿੰਦੇ ਸੀ ਇੰਡੋਨੇਸ਼ੀਆ ਦੀ, ਜਦਕਿ ਉਹ ਬਿਲਕੁਲ ਹੀ ਮਿਸਲੀਡਿੰਗ ਸਟੇਟਮੈਂਟ ਸੀ। ਜਦੋਂ ਮਤਲਬ ਇਸ ਤਰ੍ਹਾਂ ਦੇ ਸਿਆਸਤਦਾਨ ਆਪਣੇ ਆਪ ਨੂੰ ਜਿਹੜੇ ਕਿ ਲੋਕਤੰਤਰ ਦਾ ਘਾਣ ਕਰਕੇ ਇੱਕ ਅਰਿਸਟੋਕਰੈਟਿਕ ਲੀਡਰਸ਼ਿਪ ਦਾ ਰੂਪ ਧਾਰਨ ਕਰ ਗਏ ਹੋਏ ਆ, ਉੱਥੇ ਆਪਾਂ ਇਹੀ ਤਾਂ ਹੀ ਆਪਾਂ ਕਹਿੰਦੇ ਕਿ ਸਾਡੀਆਂ ਰਾਤਾਂ ਵੀ ਖਮੋਸ਼ ਨੇ, ਸਾਡੇ ਰਾਹ ਵੀ ਸੁੰਨੇ ਨੇ ਅਤੇ ਭੈ ਭੀੜ ਦਾ। ਇਹ ਅਸੀਂ ਚਾਹੁੰਦੇ ਹਾਂ ਕਿ ਹਰੇ ਭਰੇ ਹੋਣ, ਸਰੰਗਲੀ ਇੱਥੇ ਵੀ ਆਵੇ ਅਤੇ ਲੋਕਾਂ ਵਿੱਚ ਇੱਕ ਚਹਿਕ ਆਵੇ, ਨਾ ਕਿ ਫਿਕਰ ਆਵੇ। ਜਦੋਂ ਤੱਕ ਸਵਾਲ ਅਕਾਲੀ ਦਲ ਦਾ ਮੁੜ ਭਾਜਪਾ ਨਾਲ ਜਾਣਦਾ ਹੈ ਤੇ ਉਧਰੋਂ ਬਸਪਾ ਨਾਲ ਵੀ ਗੱਠਜੋੜ ਕੀਤਾ ਹੋਇਆ, ਇਹਦੇ ਬਾਰੇ ਤੁਹਾਡਾ ਕੀ ਮੰਨਣਾ? ਇਸ ਟਾਈਮ ਤੇ ਨਾ ਜਿਹੜੀ ਇਹ ਚੋਣ ਸੀਗੀ, ਮੈਂ ਇਸ ਚੋਣ ਤੋਂ ਪਹਿਲੇ ਪਬਲਿਕ ਅਪੀਲ ਕੀਤੀ ਸੀਗੀ, ਇਹਨਾਂ ਦੇ ਅਕਾਲੀ ਦਲ ਦੇ ਸਰਕਲਸ 'ਚ ਵੀ ਮੈਂ ਗੱਲ ਕੀਤੀ ਸੀ ਵੀ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਦਾ ਜਿਹੜਾ ਹੋਇਆ ਉਹਨੂੰ ਇੱਕ ਅੱਗੇ ਰੱਖ ਕੇ ਪੱਖ ਨੂੰ ਤੁਸੀਂ ਇਸ ਵਾਰੀ ਇਲੈਕਸ਼ਨ 'ਚੋਂ ਵਿਦਡਰਾਅ ਕਰ ਜਾਓ। ਇਹ ਮੈਂ ਇਹਨਾਂ ਨੂੰ ਸੰਗਰੂਰ ਵੇਲੇ ਵੀ ਇਹ ਗੱਲ ਸੁਜੈਸਟ ਕੀਤੀ ਸੀ ਕਿ ਹਰ ਵਾਰ 2017 ਤੋਂ ਇਹ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਆ ਪਾਰਟੀ, ਉਹਦੇ ਨਾਲ ਜਿਹੜਾ ਮਨੋਬਲ ਆ ਸਿੱਖ ਕੌਮ ਦਾ ਵੀ, ਜਿਹੜਾ ਇਹਨਾਂ ਦਾ ਆਪ ਦਾ ਕੈਡਰ ਆ ਉਹਦਾ ਮਨੋਬਲ ਡਿੱਗ ਰਿਹਾ ਅਤੇ ਲੋਕ ਕਾਫੀ ਨਮੋਸ਼ੀ 'ਚ ਨੇ ਇਸ ਬਾਰੇ ਕਿ ਜਿਹੜੀ ਸਾਡੀ ਇੱਕੋ ਇੱਕ ਖੇਤਰੀ ਪਾਰਟੀ ਸੀ, ਸਿੱਖ ਕੌਮ ਦੀ ਇੱਕ ਰਾਜਨੀਤਿਕ ਪਛਾਣ ਸੀਗੀ, ਉਹਦੀ ਜਿਹੜੀ ਕਿ ਲੀਡ ਕਰਨ ਵਾਲੀ ਪਾਰਟੀ ਸੀ, ਪਰ ਉਹਦੀਆਂ ਆਪ ਦੀਆਂ ਇੰਟਰਨਲ ਪ੍ਰੋਬਲਮਸ ਕਰਕੇ ਜਿਸ ਤਰ੍ਹਾਂ ਉਹ ਪਿਛਲੇ 30 ਸਾਲ ਤੋਂ ਉੱਪਰ ਸਮੇਂ ਤੋਂ ਬੁਣੀ ਗਈ ਹੈ, 1994 ਤੋਂ ਆਨਵਰਡਸ ਜਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਕਮਾਂਡ ਅਕਾਲੀ ਦਲ ਦੀ ਸਾਂਭੀ ਆ। ਪਹਿਲਾਂ ਜਿਹੜਾ ਸਿਸਟਮ ਸੀਗਾ ਸਿੱਖ ਕੌਮ ਦੇ ਵਿੱਚ, ਇਹਦੇ ਵਿੱਚ 4 ਪਾਵਰ ਸੈਂਟਰਸ ਹੁੰਦੇ ਸੀਗੇ। ਇੱਕ ਸੀਗਾ ਸਰਮੌਰ ਅਕਾਲ ਤਖਤ ਸਾਹਿਬ ਦੀ ਜਥੇਦਾਰ, ਸੈਕਿੰਡ ਸੀਗਾ ਐਸ ਜੀ ਪੀ ਸੀ ਦਾ ਪ੍ਰੈਜੀਡੈਂਟ, ਤੀਸਰਾ ਸੀਗਾ ਅਕਾਲੀ ਦਲ ਦਾ ਪ੍ਰਧਾਨ, ਅਤੇ ਚੌਥਾ ਹੁੰਦਾ ਸੀ ਵੀ ਜੇ ਅਕਾਲੀ ਦਲ ਦੀ ਸਰਕਾਰ ਆ ਤਾਂ ਚੀਫ ਮਿਨਿਸਟਰ। ਉਹ ਇਹਨਾਂ ਨੇ ਵਿਦ ਟਾਈਮ ਫਰੋਮ 1994 ਆਨਵਰਡਸ, ਉਹਨੂੰ ਇਹਨਾਂ ਨੇ 1996 ਵਿੱਚ ਤਕਰੀਬਨ ਇੱਕੋ ਫੇਸ ਦੇ ਵਿੱਚ ਲਿਆ ਕੇ ਬੰਨ ਲਿਆ। ਉਹ ਬੰਨਿਆ ਵੀ ਆਪਣੇ ਬਾਦਲ ਪਰਿਵਾਰ ਦੇ ਆਲੇ ਦੁਆਲੇ, ਜਿਹਦੇ ਨਾਲ ਇਹ ਹੋਇਆ ਕਿ ਜਿਹੜੇ ਦੂਜੇ ਸੈਂਟਰਸ ਜਿਹੜੇ ਕਲੈਪਸ ਹੋਏ ਉਹਨਾਂ ਦੀ ਸੋਵਰੈਂਟੀ, ਉਹਦੇ ਨਾਲ ਇੱਕ ਮਤਲਬ ਕਿ
सोच नाल सेंट्रिक होगी अकाली दल भी किसी भी कीमत ते असी एक परिवार की हैगामोनिक जिहड़ियां उन्हां दी टेंडेंसीज ने उन्हां नूं ही अगे रख के चलना हैगा। हुण भी जिहड़ी जलंधर च इन्हां दी नमोशी भरी हार होई आ, जिन्नियां भी वोटां मिलियां ने वो बहुता यही क्या जा रहा कि यह बी एस पी का वोट बैंक है जो इन्हां दे हक च भुगतिया। इन्हां दी सिर्फ एक जगह ते चंगी परफॉर्मेंस रही है, वह नकोदर च जिथे कि ये सैकंड आए ने, वह भी आई है कि उत्थे जथेदार कुलदीप सिंह वडाले का परिवार का हजे भी इनफलैंस आ, उन्हां दे इनफलैंस करके ही अकाली दल नूं उत्थों इन्हां नूं थोड़ा जिहा हौसला मिलिया, पर यह शहरां विचों कंप्लीटली वाइप आउट हो गया। जिन्नी क वोट इन्हां नूं पई आ बहुत ही पेंडू खेतर चों पई आ, पर वह भी बहुत ना मात्र पई आ। जिमें कि बी जे पी ने दो जिहड़े सैगमेंट्स आ तां क्लीयरली उन्होंने जितते ने, चाहे नॉर्थ जलंधर आ चाहे सेंट्रल जलंधर आ, जबकि अकाली दल ने तो एक भी सैगमेंट चो जो नौ सैगमेंट ने उदे चो किते भी यह सारे नालों उत्ते नहीं आए। इसलिए यह चीज़ जिहड़ी हैगी आ, इन्होंने जदों 2022 च इन्हां दी बुरी हार हुई सीगी उदों एक कमेटी बनाई सी इकबाल सिंह झूंदा दी कमांड थले, वो मेरे ख्याल 20-21 मैंबरी कमेटी सीगी। उन्होंने जो 42 पेज दियां रेकमेंडेशन दित्तियां सी उन्हां नूं इन्होंने कभी पब्लिक च आउण नहीं दिता, पर जिन्ना क पक्ष उहदा पब्लिक च आया उहदे विच बड़ियां स्ट्रोंग रेफरेंस सीगियां कि जो अकाली वर्कर्स की मतलब के सुझा सीगे कि जिहड़ी टॉप लीडरशिप आ उहनूं हुण ऊठ तों लै आउणा चाहीदा, तां कि जिहड़ी उहनां मगर मजनूआं की भीड़ लगी हुई आ उह हट जाए। पर इन्हां ने उस कमेटी की रिपोर्ट नूं भी दब लिया, जथेबंधक ढांचा भंग करता सारा, उहदे तो बाद इन्हां ने अपना ही एक परिवारक जंतर तंत्र वो खड़ा कर लिया अपने आले दुआले। ये सोचते हैं भी शायद असीं अपनी शकल का कुछ होर रंग दे के नवा रूप दे के शायद इस तरह लोगों नूं मतलब कि अपने वाल ला लांगे, जां इस तरह जिवें इह अपना उत्थे उन्हें भोग समागम ते सरदार सुखबीर सिंह बादल बोले सी भी जो साडे तो जाने अनजाने च भुल्लां होईआं असीं उहदे लई खिमा मंगदे हां पंथ तों ते पंजाब दे लोकां तों, पर इन्हां च हजे इन्ना बल भी नहीं आया क्योंकि इन्हां ने इंट्रोस्पैक्शन कीती नहीं, सैल्फ इंट्रोस्पैक्शन जो होनी चाहीदी सी कि साडी गिरावट का कारण की आ। एक इन्हां नूं क्लीयर कट दसना चाहीदा सी जे इन्हां ने यह मनना कि साढ़े तो जाने अनजाने च कोई मिसलीड होई आ एडमिनिस्ट्रेशन दे स्टैप्स, इन्हां ने उस बारे अज तक क्लैरिफाई नहीं किया भी क्यों इन्हां ने पंथ नूं डेरिया अगे जाके झकाता। ईवन जिहड़े एस जी पी सी दे प्रेजिडेंट भी इन्हां ने बनाए जिहड़े गोबिंद सिंह लांगोवाल, उन्हां दीआं भी तस्वीरां आपां देखियां इलैक्शन तो पहले, वह भी डेरे अगे हथ जोड़ी खड़े सीगे ते डेरा भी वह जिहदे ते रेप दे चार्ज लगे हुए, चार्ज ही नहीं कनैक्ट होया हो, कोई वह क्लैरिफिकेशन दे नहीं सी सके। इनफैक्ट पहले समय तां सरदार प्रकाश सिंह बादल ते सरदार सुखबीर सिंह बादल दीआं भी फोटोआं सामने आईआं, जदों ईवन भोग समागम सीगा ते इन्हां ने बड़ी मतलब के उच्ची थां ते सारे डेरिया दे प्रमुख बिठाए हुए सी, जबकि हुण बड़ा क्लीयर कट अपने आ चुका 2017 ऑनवर्ड्स तो कि डेरिया की सियासत नाल कोई पार्टी जित नहीं सकती पंजाब च, कोई भी वोट जिहड़ी हैगी अपनी इन ब्लॉक दे विच भुगता नहीं सकते चाहे किड्डा ही वड्डा डेरा क्यों ना होवे। जिहड़ी आप पार्टी की जित हुई है वह भी यही सिद्ध करती सी, जिहड़ी उस टाइम ते कांग्रेस की 2017 जित हुई सी उन्हें भी यही पक्ष दर्शाए सी कि भावें सारे डेरिया की ओपन सपोर्ट सीगी अकाली दल, उसके बावजूद भी इन्हां दी टोटल इन्हां दी सियासत खिलर गई सी। इस चीज़ का जब तक ये बारे सैल्फ इंट्रोस्पैक्शन नहीं करते ये विच थले तो लैके उपर तक जब तक रीस्ट्रक्चरिंग नहीं होंगी
ਉਦੋਂ ਤੱਕ ਅਕਾਲੀ ਦਲ ਦੁਆਰਾ ਖੜਾ ਨਹੀਂ ਹੋ ਸਕਦਾ ਜਿਹਦੇ ਬਾਰੇ ਸਾਰਾ ਪੰਜਾਬ ਸਿੱਖ ਕੌਮ ਇਸ ਬਾਰੇ ਬਹੁਤ ਚਿੰਤਤ ਹੈਗੀ ਆ ਕਿ ਅੱਜ ਜਿਹੜੀ 100 ਸਾਲ ਪਲੱਸ ਪਾਰਟੀ ਆ ਜਿਹਦਾ ਇੰਨਾ ਲੰਮਾ ਟਾਈਮ ਤੋਂ ਬਣੀ ਹੋਈ ਪਾਰਟੀ ਆ ਮੈਂ ਕੋਈ ਇਹਦਾ ਮਾਣ ਮੱਤਾ ਇਤਿਹਾਸ ਨਹੀਂ ਮੰਨਦਾ ਕਿਉਂਕਿ ਇਹਨਾਂ ਨੇ ਜੋ ਡਿਸੀਜ਼ਨਸ ਲੈਣੇ ਚਾਹੀਦੇ ਸੀ ਪੰਥ ਦੇ ਪੱਖ ਵਿੱਚ ਉਹ ਇਹਨਾਂ ਨੇ ਆਪਣੇ ਮੁੱਢਲੇ ਦੌਰ ਤੋਂ ਹੀ ਉਹਨਾਂ ਨੂੰ ਵਿਸਾਰ ਦਿੱਤਾ ਸੀ ਇੱਥੇ ਮੈਂ ਦੇਖਿਆ ਕਿ ਕਿੰਨੀ ਵਾਰ ਮਹਾਰਾਜਾ ਦਲੀਪ ਸਿੰਘ ਦੀਆਂ 3 ਬੇਟੀਆਂ ਪੰਜਾਬ 'ਚ ਆ ਕੇ ਗਈਆਂ ਨੇ ਆਪਣੇ ਜੀਵਨ ਕਾਲ ਵਿੱਚ ਕਿਸੇ ਨੇ ਉਹਨਾਂ ਨੂੰ ਸਿੱਖ ਲੀਡਰ ਨੇ ਪਛਾਣਨਾ ਨਹੀਂ ਚਾਹਿਆ ਇਨਫੈਕਟ ਉਹਨਾਂ ਨੂੰ 2 ਕਾਂਗਰਸ ਦੇ ਲੀਡਰ ਜ਼ਰੂਰ ਮਿਲੇ ਆ ਇੱਕ ਲਾਲਾ ਲਾਜਪਤ ਰਾਏ ਇੱਕ ਗੋਖਲੇ ਅਤੇ ਸਿੱਖ ਨਾ ਕੋਈ ਮਹਾਰਾਜਾ ਨਾ ਉਸ ਟਾਈਮ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਇਹਨਾਂ ਦੇ ਨਾਲ ਜਰਨੈਲ ਰਹੇ ਨੇ ਜਿਹੜੇ ਕਿ ਬਾਅਦ 'ਚ ਇਹ ਵੀ ਆਇਆ ਸਾਹਮਣੇ ਕਿ ਸ਼ਾਇਦ ਉਹਨਾਂ ਦੀਆਂ ਹੀ ਪਹਾੜਾ ਸਿੰਘ ਵਰਗੀਆਂ ਨੀਤੀਆਂ ਕਰਕੇ ਸਾਡਾ ਸਿੱਖ ਰਾਜ ਸਾਡੇ ਹੱਥੋਂ ਚਲਾ ਗਿਆ ਕਿਉਂਕਿ ਜੇ ਇਹ ਉਹਨਾਂ ਦੀਆਂ ਬੇਟੀਆਂ ਨੂੰ ਸੋਫੀਆ ਹੁਣਾਂ ਨੂੰ ਮਿਲਦੇ ਬੰਬੇ ਹੁਣਾਂ ਨੂੰ ਮਿਲਦੇ ਤਾਂ ਇਹਨਾਂ ਨੂੰ ਲੋਕਾਂ ਦੇ ਵਿੱਚ ਦੁਬਾਰਾ ਆਪਣਾ ਉਹ ਜਿਹੜਾ ਰਾਜ ਦਾ ਸੰਕਲਪ ਸੀਗਾ ਉਹ ਖੜਾ ਹੋ ਜਾਣਾ ਸੀ ਜਿਹੜੀ ਵੱਡੀ ਬੇਟੀ ਸੀ ਪ੍ਰਿੰਸੈਸ ਬੰਬੇ ਉਹ ਤਾਂ ਵਿਚਾਰੀ ਲਾਹੌਰ 'ਚ ਹੀ ਆਪਣਾ ਉਹ ਰਹਿਣ ਲੱਗ ਗਈ ਸੀਗੀ 1930 ਤੋਂ ਬਾਅਦ ਉੱਥੇ ਉਹਦਾ ਜੀਵਨ ਕਾਲ ਸਮਾਪਤ ਹੋਇਆ ਉੱਥੇ ਉਹਨੇ ਮਹਾਰਾਣੀ ਜਿੰਦਾ ਦੀਆਂ ਅਸਥੀਆਂ ਇੰਗਲੈਂਡ ਤੋਂ ਲਿਆ ਕੇ ਉੱਥੇ ਹੀ ਉਹਨਾਂ ਉਹਦਾ ਜਲ ਪ੍ਰਵਾਹ ਕੀਤਾ ਹੈਗਾ ਅਤੇ ਜਿੰਨਾ ਉਹਨਾਂ ਕੋਲ ਇਤਿਹਾਸ ਸੀਗਾ ਦਸਤਾਵੇਜ਼ ਸੀਗੇ ਉਹਨਾਂ ਦੇ ਕੋਲ ਆਪਣੇ ਰਾਜਕਾਲ ਦੇ ਵੇਲੇ ਦੇ ਆਪਣੇ ਫਾਦਰ ਮਹਾਰਾਜਾ ਦਲੀਪ ਸਿੰਘ ਦੇ ਉਹ ਉਹਨਾਂ ਨੇ ਆਪਣੇ ਇੱਕ ਪੀਏ ਨੂੰ ਸਪੁਰਦ ਕਰਦੇ ਸੀਗੇ ਕਦੀ ਮੈਂ ਉਸ ਪੀਏ ਦਾ ਮੀਰ ਬਖਸ਼ ਦਾ ਕਦੀ ਨਾਂ ਨਹੀਂ ਸੁਣਿਆ ਕਿ ਉਹਦੇ ਤੋਂ ਕੋਈ ਉਪਰਾਲਾ ਕੀਤਾ ਗਿਆ ਹੋਵੇ ਕਿ ਆਪਣਾ ਇਤਿਹਾਸ ਵਾਪਸ ਲਿਆ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਇਹ ਇੱਕ ਬੜੀ ਸੋਚੀ ਸਮਝੀ ਬ੍ਰਿਟਿਸ਼ ਸਾਮਰਾਜ ਦੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੋਚ ਦੇ ਅਧੀਨ ਸਿੱਖ ਲੀਡਰਸ਼ਿਪ ਚੱਲੀ ਆ ਜਿਹਨੂੰ ਇਹ ਕਹਿ ਰਹੇ ਆ ਕਿ ਸਾਡਾ ਮਾਣ ਮੱਤਾ ਇਤਿਹਾਸ ਆ ਉਹਦਾ ਹੁਣ ਮਾਣ ਮੱਤੇ ਇਤਿਹਾਸ ਦਾ ਟੋਟਲੀ ਭੋਗ ਪੈ ਚੁੱਕਿਆ ਹੈਗਾ ਇਹ ਐਕਨੋਲੇਜ ਕਰਦੇ ਆ ਜਾਂ ਨਹੀਂ ਕਰਦੇ ਪਰ ਸਮੇਂ ਨਾਲ ਇਹਨਾਂ ਨੂੰ ਐਕਨੋਲੇਜ ਕਰਨਾ ਪਊਗਾ ਕਿ ਸਾਡੀ ਜਿਹੜੀ ਲੀਡਰਸ਼ਿਪ ਰਹੀ ਆ ਉਹਨਾਂ ਨੇ ਕਿਸੇ ਡਿਲੀਬਰੇਟਲੀ ਕਿਸੇ ਇਸ ਤਰ੍ਹਾਂ ਦੇ ਪ੍ਰੈਸ਼ਰ ਕਰਕੇ ਉਹਨਾਂ ਨੇ ਉਸ ਰਾਜ ਦੇ ਨਾਲ ਜੁੜੀ ਹੋਈ ਕਿਸੇ ਵੀ ਨਿਸ਼ਾਨੀ ਨੂੰ ਅਪਣਾਉਣਾ ਨਹੀਂ ਚਾਹਿਆ ਭਾਵੇਂ ਉਹ ਨਿਸ਼ਾਨੀ ਸਾਡੀ ਆਸਰੋ ਪਿੰਡ 'ਚ ਖੜ੍ਹੀ ਆ ਚਾਹੇ ਸਾਡੀ ਇੱਥੇ ਰਾਏਕੋਟ ਕੋਲ ਬੱਸੀਆਂ 'ਚ ਖੜ੍ਹੀ ਆ ਹਵੇਲੀ 'ਚ ਜਾਂ ਹੋਰ ਥਾਵਾਂ 'ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਿਆ ਇਤਿਹਾਸ ਆ ਜਿਹੜਾ ਰਾਮਬਾਗ ਮਿਊਜ਼ੀਅਮ 'ਚ ਪਿਆ ਉਸ ਵੱਲ ਨੂੰ ਕਦੀ ਕੋਈ ਉਪਰਾਲਾ ਨਹੀਂ ਹੋਇਆ ਵੀ ਉਸ ਚੀਜ਼ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਆਪਣੀਆਂ ਟੈਕਸਟ ਬੁੱਕਸ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀਆਂ ਲੜਕੀਆਂ ਦਾ ਪ੍ਰਿੰਸੈਸ ਦਾ ਜ਼ਿਕਰ ਆਉਣਾ ਚਾਹੀਦਾ ਸੀ ਕਿ ਉਹਨਾਂ ਨੇ ਕਿੰਨਾ ਆਪਣੇ ਸਮੇਂ ਵਿੱਚ ਕਿੱਡੀ ਵੱਡੀ ਐਕਟਿਵਿਜ਼ਮ ਦੀ ਲੜਾਈ ਲੜੀ ਆ ਇੰਗਲੈਂਡ ਦੇ ਵਿੱਚ ਅਤੇ ਉਹਨਾਂ ਨੇ ਆਪਣੇ ਯਤਨਾਂ ਨੂੰ ਇਸ ਤਰ੍ਹਾਂ ਮਤਲਬ ਕਿ ਪੇਸ਼ ਕੀਤਾ ਕਿ ਉਸ ਰਾਹੀਂ ਹੀ ਉਹਨਾਂ ਨੇ ਔਰਤਾਂ ਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਸੀਗਾ ਬ੍ਰਿਟੇਨ ਦੇ ਵਿੱਚ ਇਸ ਕਰਕੇ ਹੁਣ 2018 'ਚ ਜਿਹੜੀ ਪ੍ਰਿੰਸੈਸ ਸੋਫੀਆ ਸੀ ਸਾਰਿਆਂ ਨਾਲੋਂ ਛੋਟੀ ਜਿਹੜੀ ਮਹਾਰਾਜ ਦਲੀਪ ਸਿੰਘ ਦੀ ਕੁੜੀ ਸੀ ਉਹਦੇ ਬਾਰੇ ਮੈਮੋਰੇਬਲ ਸਟੈਂਪ ਜਾਰੀ ਕੀਤੀ ਸੀ ਬ੍ਰਿਟਿਸ਼ ਗੌਰਮੈਂਟ ਨੇ 2018 ਦੇ ਵਿੱਚ ਉਹ ਜਿਹੜੀਆਂ ਮੂਵਮੈਂਟਸ ਨਾਲ ਜੁੜੀਆਂ ਰਹੀਆਂ ਉਸ ਨਾਲ ਉਹਨਾਂ ਨੂੰ ਧੱਕੇ ਵੀ ਸਹਿਣੇ ਪਏ ਸੜਕਾਂ 'ਤੇ ਵੀ ਉਹ ਖੜੀਆਂ ਰੁਲੀਆਂ ਵੀ ਪਰ ਉਹਨਾਂ ਨੇ ਵੂਮੈਨਸ ਨੂੰ ਵੋਟਿੰਗ ਰਾਈਟ ਅਲਟੀਮੇਟਲੀ 1938 'ਚ ਲੈ ਕੇ ਦਿੱਤੇ ਸੀ ਇਹ ਜਿਹੜੇ ਇਤਿਹਾਸ ਦੇ ਪੱਖ ਭੁਲਾਏ ਗਏ ਆ ਜਾਂ ਜਿਵੇਂ ਜਨਰਲ ਹਰੀ ਸਿੰਘ ਨਲਵੇ ਦਾ ਇਤਿਹਾਸ ਆ ਵੀ ਉਹ ਕਿੰਨਾ ਪੜ੍ਹਿਆ ਲਿਖਿਆ ਸੀ 7 ਲੈਂਗੁਏਜ ਦਾ ਉਦੋਂ ਉਹ ਮਾਹਰ ਸੀਗਾ ਆਪਾਂ ਤਾਂ ਇਕੱਲੀਆਂ ਉਹਦੀਆਂ ਤਲਵਾਰਾਂ ਹੀ ਜਾਣਦੇ ਨਾ ਤਲਵਾਰਾਂ ਦੇ ਮਗਰ ਜਿਹੜੀ ਗਿਆਨ ਦੀ ਫੋਰਸ ਸੀਗੀ ਉਹ ਕਦੀ ਸਿੱਖ ਕੌਮ ਨੂੰ ਪੜ੍ਹਾਈ ਨਹੀਂ ਗਈ ਨਾ ਸਾਨੂੰ ਕਦੀ ਦੱਸੀ ਗਈ ਸਕੂਲਾਂ ਦੇ ਵਿੱਚ ਇਸ ਚੀਜ਼ ਦਾ ਜਿਹੜਾ ਉਸ ਟਾਈਮ 'ਤੇ ਜਿਹੜਾ ਸਟਰਕਚਰ ਸੀਗਾ ਈਵਨ ਜਥੇਦਾਰ ਅਕਾਲ ਤਖ਼ਤ ਦਾ ਉਹ ਜਿਹੜਾ ਹੁਣ ਸਟਰਕਚਰ ਹੈਗਾ ਇਹਦੇ ਤੋਂ ਬਿਲਕੁਲ ਵੱਖਰਾ ਸਟਰਕਚਰ ਸੀਗਾ ਉਹ ਇੱਕ ਸੋਵਰਨ ਅਥਾਰਟੀ ਸੀਗੀ
ਮੈਨੂੰ ਯਾਦ ਆ ਜਦੋਂ 84 ਦਾ ਦਖਾਂਤ ਹੋਇਆ ਇੰਡੀਅਨ ਆਰਮੀ ਦਾ ਅਟੈਕ ਤੋਂ ਬਾਅਦ, ਜਦੋਂ ਪਹਿਲੀ ਵਾਰ 15 ਦਿਨਾਂ ਬਾਅਦ ਇਹਨਾਂ ਨੂੰ ਇੰਡੀਆ ਦਾ ਹੋਮ ਮਿਨਿਸਟਰ ਬੂਟਾ ਸਿੰਘ ਅੰਮ੍ਰਿਤਸਰ ਆਇਆ, ਉਹਨੇ 5 ਸਿੰਘ ਸਾਹਿਬਾਨ ਨਾਲ ਮੀਟਿੰਗ ਕੀਤੀ ਤਾਂ ਇਹਨਾਂ ਦਾ ਸਿਰਫ ਪਹਿਲੇ ਇਹੀ ਫਰਮਾਨ ਸੀਗਾ ਕਿ ਸਾਨੂੰ ਕਾਰ ਸੇਵਾ ਕਰ ਲੈਣ, ਕਿਉਂਕਿ ਇਹਨਾਂ ਵੱਲੋਂ ਕਰਵਾਈਆਂ ਗਈਆਂ ਕਾਰ ਸੇਵਾ ਦੇ ਨਾਲ ਸਾਡਾ ਸਾਰਾ ਸਿੱਖ ਇਤਿਹਾਸ ਨੂੰ ਇਹਨਾਂ ਨੇ ਮਾਰਬਲ ਦੇ ਵਿੱਚ ਸਮੇਟਤਾ। ਚਾਹੇ ਉਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਸੀਗਾ, ਜੋ ਉਹਦੀ 1969 ਤੱਕ ਦਿੱਖ ਸੀਗੀ, ਜਿਹੜੀ ਪੁਰਾਤਨ ਦਿੱਖ ਸੀਗੀ ਕਿਲ੍ਹੇ ਦੀ, ਉਹ ਅੱਜ ਕਿਤੇ ਦਿਖਾਈ ਨਹੀਂ ਦਿੰਦੀ। ਇਸੇ ਤਰ੍ਹਾਂ ਹੋਰ ਜਿੰਨੇ ਵੀ ਸਾਡੇ ਹਿਸਟੋਰੀਕਲ ਨਿਸ਼ਾਨੀਆਂ ਸੀਗੀਆਂ, ਉਹ ਇਹਨਾਂ ਦੇ ਮਾਰਬਲ ਸਟਰਕਚਰਾਂ ਨੇ ਸਾਡੇ ਤੋਂ ਗਵਾ ਤੀਆਂ। ਇਹਨਾਂ ਨੇ ਆਹ ਮੰਗ ਰੱਖੀ ਸੀ ਜਦੋਂ ਇੰਡੀਅਨ ਗੌਰਮੈਂਟ ਦਾ ਹੋਮ ਮਿਨਿਸਟਰ ਆਇਆ, ਜਦਕਿ ਮੰਗ ਇਹ ਹੋਣੀ ਚਾਹੀਦੀ ਸੀ ਵੀ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਦਾ ਪ੍ਰਤੀਕ ਆ ਸਾਡਾ ਥੜਾ, ਉਹ ਸੁਰੱਖਿਅਤ ਰਹੇ, ਬਿਲਡਿੰਗ ਨੂੰ ਇਹ ਸੱਚ ਰੱਖਣਾ ਚਾਹੀਦਾ ਸੀ ਤਾਂ ਕਿ ਸਾਡਾ ਇਤਿਹਾਸ ਜ਼ਿੰਦਾ ਰਹਿੰਦਾ। ਜਿੱਥੇ ਕਿਤੇ ਵੀ ਇੱਦਾਂ ਦੇ ਵਾਰ ਕ੍ਰਾਈਮਸ ਹੋਏ ਆ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਹੋਏ ਆ, ਚਾਹੇ ਯਹੂਦੀਆਂ ਨਾਲ ਹੋਏ ਆ, ਚਾਹੇ ਦੂਜੀਆਂ ਕੌਮਾਂ ਨਾਲ ਹੋਏ ਆ, ਉਹਨਾਂ ਨੇ ਆਪਣੀਆਂ ਨਿਸ਼ਾਨੀਆਂ ਨੂੰ ਇਹ ਸੱਚ ਰੱਖਿਆ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਇਹ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਆਹ ਇਤਿਹਾਸ ਸੀਗਾ ਜਿਹੜਾ ਸਾਡਾ ਹੋਣਾ ਚਾਹੀਦਾ ਸੀ। ਜਿਹੜੇ ਇਤਿਹਾਸ ਨੂੰ ਮਿਟਾਇਆ ਗਿਆ, ਜਿਹੜੀਆਂ ਐਫਰਟਸ ਨਾਲ ਮਿਟਾਇਆ ਗਿਆ, ਉਹਨੂੰ ਇਹ ਮਾਣ ਮੱਤਾ ਆਪਣਾ ਇਤਿਹਾਸ ਦੱਸ ਰਿਹਾ। ਜਦ ਤੱਕ ਇਹ ਜਿਹੜੀਆਂ ਹੈਗੀਆਂ ਨੇ ਇਹਦੇ ਬਾਰੇ ਇਹ ਕਬੂਲ ਦੇ ਨਹੀਂ ਗੇ ਗੱਲ, ਹੁਣ ਪੰਜਾਬ 'ਚ ਦੁਬਾਰਾ ਅਕਾਲੀ ਦਲ ਤੋਂ ਛੇਤੀ ਕੀਤੇ ਖੜਾ ਨਹੀਂ ਹੋਇਆ ਜਾਣਾ। ਇਹ ਵੀ ਆਪਾਂ ਸੁਣ ਰਹੇ ਹਾਂ ਕਿ ਦੁਬਾਰਾ ਇਹਨਾਂ ਦੇ ਲੀਡਰਸ ਵੱਲੋਂ ਸਟੇਟਮੈਂਟਸ ਆ ਰਹੀਆਂ ਨੇ ਕਿ ਅਸੀਂ ਦੁਬਾਰਾ ਜਿਹੜਾ ਇਹਨਾਂ ਦਾ ਭਗਵਿਆਂ ਨਾਲ ਸੀਗੇ ਸੰਬੰਧ, ਉਹ ਦੁਬਾਰਾ ਜੋੜ ਲਿੱਤੇ ਜਾਣ। ਇਹਨਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਕਿ ਜਿੰਨੀ ਲੰਮਾ ਚਿਰ ਇਹਨਾਂ ਦੀ ਉਹਨਾਂ ਨਾਲ ਅਲਾਇੰਸ ਰਿਹਾ, ਇੱਕ ਵੀ ਦੱਸ ਦਿਨ ਕਿ ਇਹਨਾਂ ਨੇ ਪੰਜਾਬ ਪ੍ਰਤੀ ਜਾਂ ਸਿੱਖ ਕੌਮ ਪ੍ਰਤੀ ਕੋਈ ਜਿਹੜੇ ਇਸ਼ੂ ਸੀਗੇ ਉਹ ਰਿਜ਼ੋਲਵ ਕੀਤੇ ਹੋਣ, ਜਾਂ ਉਹਨਾਂ ਬਾਰੇ ਕੋਈ ਐਫਰਟ ਹੀ ਹੋਈ ਹੋਵੇ। ਸਾਡੇ ਪਾਣੀਆਂ ਦਾ ਜਿਹੜਾ ਬਾਹਰ ਪੋਲੀਟੀਕਲ ਹੱਲ ਹੋ ਸਕਦਾ ਸੀ ਉਹ ਅਸੀਂ ਕਚਹਿਰੀਆਂ 'ਚ ਲੈ ਗਏ। ਇਸੇ ਤਰ੍ਹਾਂ ਜਿਹੜੀ ਹਰਿਆਣਾ ਗੁਰਦੁਆਰਾ ਕਮੇਟੀ ਦਾ ਇਸ਼ੂ ਸੀਗਾ ਉਹ ਬਾਹਰ ਹੱਲ ਹੋ ਸਕਦਾ ਸੀ ਬੈਠ ਕੇ, ਕਿ ਤਾਂ ਕਿ SGPC ਕਮਜ਼ੋਰ ਨਾ ਹੋਵੇ, ਉਹਦੀ ਜੋ ਅਹਿਮ ਅਸਥਾਨ ਹੈਗਾ, ਪੋਜੀਸ਼ਨ ਹੈਗੀ ਉਸ ਇੰਸਟੀਟਿਊਸ਼ਨ ਦੀ, ਉਹ ਬਰਕਰਾਰ ਰਹੇ। ਪਰ ਇਹਨਾਂ ਨੇ ਉਹ ਵੀ ਕਚਹਿਰੀਆਂ ਦੇ ਰਾਹੀਂ ਉਹ ਵੀ ਸਾਡੇ ਹੱਥੋਂ ਗਵਾ ਲਿਆ, ਭਾਵੇਂ ਕਿ ਹਰਿਆਣੇ ਦੇ ਸਿੱਖ ਵੀ ਸਾਡੇ ਭਰਾ ਨੇ, ਪਰ ਜਿਸ ਤਰ੍ਹਾਂ ਉਹਨਾਂ ਨਾਲ ਤੋੜਾ ਵਿਛੋੜਾ ਹੋਇਆ ਕਿ ਉਹਨਾਂ ਨੂੰ ਜਿੰਦਰੇ ਭੰਨ ਕੇ ਉੱਥੋਂ ਦਾ ਕੰਟਰੋਲ ਲੈਣਾ ਪਿਆ, ਉੱਥੋਂ ਦਾ ਜਿਹੜਾ ਹੁਣ ਪ੍ਰੈਜੀਡੈਂਟ ਲਾਇਆ ਜਿਹੜਾ ਹਰਿਆਣਾ ਚੀਫ ਮਿਨਿਸਟਰ ਨੇ, ਉਹ ਬਤੌਰ ਇੱਕ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਚੀਫ ਮਿਨਿਸਟਰ ਦੇ ਪਬਲਿਕਲੀ ਪੈਰਾਂ 'ਚ ਡਿੱਗਿਆ ਹੋਇਆ। ਕੀ ਆਹ ਸਾਡੀ ਕੌਮ ਦੀ ਅੱਜ ਹੈਸੀਅਤ ਆ? ਇਹ ਤਾਂ ਬਣੀ ਆ ਸੁਖਵਿੰਦਰ ਕਿ ਕਿਉਂਕਿ ਇਹਨਾਂ ਨੇ ਸਾਡਾ ਜਿਹੜਾ ਮਾਣ ਮੱਤਾ ਐਕਚੁਅਲ ਇਤਿਹਾਸ ਸੀ, ਰੀਅਲਿਸਟਿਕ ਇਤਿਹਾਸ ਸੀ, ਉਹਨੂੰ ਇਹਨਾਂ ਨੇ ਮਾਰਬਲਾਂ ਦੇ ਕੋਟਿੰਗ ਦੇ ਵਿੱਚ ਹੀ ਦਫਨਾ ਤਾ। ਜਦਕਿ ਅਕਾਲ ਤਖਤ ਸਾਹਿਬ ਦਾ ਜੋ ਉਸ ਟਾਈਮ 'ਤੇ ਦ੍ਰਿਸ਼ ਸਾਹਮਣੇ ਆਇਆ ਸੀ 84 ਵਾਲਾ, ਉਹਨੂੰ ਹਰ ਕੀਮਤ 'ਤੇ ਜ਼ਿੰਦਾ ਰੱਖਣਾ ਚਾਹੀਦਾ ਸੀ। ਘੱਟੋ ਘੱਟ ਇਹ ਦੁਨੀਆ ਦਾ ਇਤਿਹਾਸ ਤਾਂ ਪੜ੍ਹ ਲੈਂਦੇ। ਜੇ ਪਹਿਲੇ ਸਰਕਾਰੀ ਬਾਬਿਆਂ ਨੇ ਬਣਾਇਆ ਤਾਂ ਦੂਜੇ ਬਾਬੇ ਆਏ, ਉਹਨਾਂ ਨੇ ਉਹਨੂੰ ਤੋੜ ਕੇ ਇੱਕ ਨਵਾਂ ਸਟਰਕਚਰ ਖੜਾ ਕਰ ਲਿਆ। ਸਾਡੇ ਸ਼ਹੀਦਾਂ ਦੀਆਂ ਜੋ ਉੱਥੇ ਨਿਸ਼ਾਨੀਆਂ ਸੀ ਉਹਨੂੰ ਇਹਨਾਂ ਨੇ ਸੀਮੈਂਟ ਕਰਤਾ। ਮੈਂ ਉਸ ਟਾਈਮ 'ਤੇ ਵੀ ਗੱਲ ਉਠਾਈ ਸੀ, ਜਿਹੜਾ ਕਿ ਕਹਿੰਦੇ ਆ ਸੋ ਕਾਲਡ ਅਸੀਂ ਉੱਥੇ ਸ਼ਹੀਦੀ ਯਾਦਗਾਰ ਬਣਾਈ ਆ ਦਰਬਾਰ ਸਾਹਿਬ ਦੇ ਵਿੱਚ, ਹਾਰਡਲੀ ਜਿਹੜੇ ਉੱਥੇ ਲੋਕ ਜਾਂਦੇ ਉਹਨਾਂ ਨੂੰ ਪਹਿਲੇ ਤਾਂ ਪਤਾ ਹੀ ਨਹੀਂ ਵੀ ਇੱਥੇ ਕੋਈ ਯਾਦਗਾਰ ਹੈਗੀ ਆ। ਉਹਦੇ ਨਾਲ ਜਿਹੜਾ ਸਾਡਾ ਮਾੜਾ ਮੋਟਾ ਵੀ ਸੀਗਾ, ਜਦਕਿ ਜੇ ਕੋਈ ਵੀ ਯਾਦਗਾਰ ਰਹਿਣੀ ਚਾਹੀਦੀ ਸੀ ਤਾਂ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋਣੀ ਚਾਹੀਦੀ ਸੀ। ਜਿਸ ਤਰ੍ਹਾਂ ਦੀ ਉਹ ਦੁਰਦਸ਼ਾ ਹੋਈ ਹੈ, ਜਿਹੜੀ ਕਿ ਮੈਂ 20 ਦਿਨਾਂ ਬਾਅਦ ਆਪ ਜਾ ਕੇ ਅਕਾਲ ਤਖਤ ਸਾਹਿਬ 'ਤੇ ਦੇਖੀ ਸੀ, ਕਿਸ ਤਰ੍ਹਾਂ ਉਹ ਉਸ ਦ੍ਰਿਸ਼ ਸੀਗਾ ਜਿਹੜਾ ਮੈਂ ਕਦੀ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ, ਉਹ ਦ੍ਰਿਸ਼ ਸਾਡਾ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦਾ ਸੀ।
कि सानू की दिता इस भारत ने जिन्हों आप अखा मीच के आके जफड़ी पा ली सी जां उहदी गलवकड़ी च आ गए सी साडे लीडर कोई गरंटी नहीं ली जदों जवाहरलाल नहरू दे आखरी दिन सी ना ये तां कहिंदे ना कि उहनां दा बहुत लगा सी सिखां नाल उहने इक्को गिला दस्सिया कि मैनूं सारे नाल वड्डा गिला कि जिहड़ियां नॉर्थ ईस्टर्न स्टेट्स आ उह असीं धक्का वी करके देख लिया पूरी वाह ला ली मिलटैरली दी होर भी असीं रायतां उहनां नूं देणियां चाहियां उहनां नूं स्पैशल पावरस भी दित्तियां होईयां ਤਾਂ ਵੀ ਉੱਥੋਂ ਦੇ ਲੋਕਾਂ ਦਾ ਉਹ ਕਹਿੰਦਾ ਸੀ ਕਿ ਅਸੀਂ ਲੋਇਲਟੀ ਜਿੱਤ ਨਹੀਂ ਸਕੇ ਜਿਹਦਾ ਕਿ ਪ੍ਰਤੱਖ ਪ੍ਰਮਾਣ ਹੁਣ ਵੀ ਦਿਖ ਰਿਹਾ ਜੋ ਮਨੀਪੁਰ 'ਚ ਹੋ ਰਿਹਾ ਹੈਗਾ ਜਿਸ ਤਰ੍ਹਾਂ ਐਥਨਿਕ ਕਲਿਨਸਿੰਗ ਹੋਈ ਹੈਗੀ ਆ ਇਸੇ ਤਰ੍ਹਾਂ ਹੋਰ ਦੂਜੇ ਜਿਹੜੇ ਉੱਥੇ ਸੂਬੇ ਆ ਉਹਨਾਂ 'ਚ ਅੱਜ ਵੀ ਅਨਰੈਸਟ ਜਿਉਂਦਾ ਹੈਗਾ ਸੋ ਬਿਲਕੁਲ ਗਿੱਲ ਸਾਹਿਬ ਚਾਹੀਦਾ ਤਾਂ ਇਹ ਹੈ ਕਿ ਹੁਣ ਅਕਾਲੀ ਦਲ ਵੀ ਸੋਚੇ ਕਿ ਜੇ ਅਸੀਂ ਗੱਠਜੋੜ ਕਰਨਾ ਹੈ ਤਾਂ ਉੱਥੇ ਸੂਬੇ ਦੇ ਅਧਿਕਾਰ ਕੇਂਦਰੀਕਰਨ ਤੇ ਹੋਰ ਬਹੁਤ ਮਸਲੇ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਨੇ ਵੱਧ ਪੰਥਕ ਮਸਲੇ ਨੇ ਖੁਦ ਮੁਖਤਿਆਰੀ ਦੀ ਗੱਲ ਹੈ ਫੈਡਰਲਿਜ਼ਮ ਦੀ ਗੱਲ ਹੈ ਇਹਨਾਂ ਸਾਰਿਆਂ ਦੇ ਉੱਤੇ ਕੀ ਅੱਗੋਂ ਸਟੈਂਡ ਰੱਖਣਾ ਆ ਜਾਂ ਫਿਰ ਜੋ ਪਿਛਲੇ ਗੱਠਜੋੜ ਦੇ ਕਾਰਨ ਸਿੱਟੇ ਭੁਗਤਣੇ ਪਏ ਹੁਣ ਤੱਕ ਜੋ ਕੁਝ ਸੁਣਨਾ ਪੈਂਦਾ ਉਹ ਸਾਰਾ ਕੁਝ ਅੱਗੇ ਬਰਦਾਸ਼ਤ ਕਰਨਾ ਪੈਣਾ ਗੱਲ ਇੱਥੇ ਹੁਣ ਜਥੇਦਾਰ ਸਾਹਿਬ ਦੀ ਕਰਦੇ ਹਾਂ ਰਾਘਵ ਚੱਡਾ ਹੋਰਾਂ ਦੀ ਇੰਗੇਜਮੈਂਟ ਹੋਈ ਉੱਥੇ ਜਥੇਦਾਰ ਸਾਹਿਬ ਪਹੁੰਚੇ ਜਿਸ ਤਰੀਕੇ ਦੀਆਂ ਵੀਡੀਓ ਸਾਹਮਣੇ ਆਈਆਂ ਉਹ ਤੋਂ ਹਤਾਸ਼ ਹੋਏ ਵਿਰਸਾ ਸਿੰਘ ਬਲਟੋਆ ਅਕਾਲੀ ਦਲ ਦੇ ਸੀਨੀਅਰ ਆਗੂ ਉਹਨਾਂ ਨੇ ਟਵੀਟ ਵੀ ਕੀਤਾ ਉਹਨਾਂ ਨੇ ਗੱਲਬਾਤ ਵੀ ਕੀਤੀ ਇੱਕ ਚੈਨਲ ਦੇ ਉੱਤੇ ਕਿਹਾ ਕਿ ਦੇਖੋ ਜੀ ਜਥੇਦਾਰ ਸਾਹਿਬ ਨੂੰ ਇਹ ਨਹੀਂ ਚਾਹੀਦਾ ਮਰਿਆਦਾ 'ਚ ਰਹਿਣਾ ਚਾਹੀਦਾ ਚੰਨੀ ਸਾਹਿਬ ਦੇ ਮੁੰਡੇ ਦੇ ਵਿਆਹ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਅਰਦਾਸ ਕਰਤੀ ਸੀ ਉਹ ਪਤਿਤ ਸੀਗਾ ਨੌਜਵਾਨ ਤੇ ਜਥੇਦਾਰ ਸਾਹਿਬ ਨੂੰ ਹੋਰ ਵੀ ਬਹੁਤ ਲੋਕਾਂ ਦੇ ਸੱਦੇ ਆਉਂਦੇ ਨੇ ਥੋੜਾ ਟਲ ਜਾਣਾ ਚਾਹੀਦਾ ਸੀਗਾ ਇੱਕ ਪਾਸੇ ਤਾਂ ਸਰਕਾਰ ਇਹਨਾਂ ਤੇ ਸਵਾਲ ਚੁੱਕਦੀ ਹੈ ਇਹਨਾਂ ਨੂੰ ਸਿੱਧੇ ਸ਼ਬਦਾਂ 'ਚ ਸਿੱਧੇ ਹੱਥੀ ਲੈਂਦੀ ਹੈ ਮਤਲਬ ਕਿ ਬਹੁਤ ਸਾਰੇ ਸਵਾਲ ਉਹਨਾਂ ਨੇ ਖੜੇ ਕੀਤੇ ਇੱਕ ਨਿਰਾਸ਼ਾ ਜੀ ਜਿਹੜੀ ਹੈ ਨਜ਼ਰ ਆਈ ਇਹਦੇ ਵਿੱਚ ਪੰਜਵੜ ਜਿਹੜੇ ਨੇ ਪਰਮਜੀਤ ਸਿੰਘ ਪੰਜਵੜ ਉਹਨਾਂ ਦੇ ਭੋਗ ਦਾ ਵੀ ਜ਼ਿਕਰ ਬੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਉਹ ਭੋਗ ਦਾ ਦਿਨ ਸੀ ਉੱਥੇ ਕਿਉਂ ਨਹੀਂ ਪਹੁੰਚੇ ਜਾਂ ਫਿਰ ਬਲਟੋਆ ਸਾਹਿਬ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਕਿ ਉਹਨਾਂ 'ਚੋਂ ਇੱਕ ਬੰਦੀ ਸਿੰਘ ਜਿਹੜੇ ਹੋਸਪਿਟਲ 'ਚ ਜ਼ੇਰੇ ਇਲਾਜ ਨੇ ਉਹਨਾਂ ਦਾ ਜਾ ਕੇ ਹਾਲ ਚਾਲ ਕਿਉਂ ਨਹੀਂ ਪੁੱਛਿਆ ਜਾਂ ਜਿਹੜੇ ਪਰਿਵਾਰਾਂ ਦੇ ਬੱਚਿਆਂ ਤੇ NSA ਲੱਗਿਆ ਉਹਨਾਂ ਤੱਕ ਪਹੁੰਚ ਕਿਉਂ ਨਹੀਂ ਕੀਤੀ ਸਰਕਾਰ ਨੂੰ ਇਹ ਸਵਾਲ ਜਿਹੜੇ NSA ਨੂੰ ਲੈ ਕੇ ਵਾਰ ਵਾਰ ਹੁੰਦੇ ਨੇ ਉਹਨਾਂ ਨੂੰ ਧਿਆਨ 'ਚ ਕਿਉਂ ਨਹੀਂ ਰੱਖਿਆ ਗਿਆ ਮਤਲਬ ਕਾਫੀ ਲੰਮੀ ਚੌੜੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਜਥੇਦਾਰ ਸਾਹਿਬ ਦੇ ਨਾਲ ਵੈਸੇ ਤਾਂ ਮਤਲਬ ਕਿ ਰੁਤਬਾ ਤਾਂ ਬਹੁਤ ਵੱਡਾ ਹੈਗਾ ਸਿੱਖ ਕੌਮ 'ਚ ਜੇ ਆਪਾਂ ਉਸ ਬਾਰੇ ਸਮਝ ਰੱਖੀਏ ਦੂਜੇ ਪਾਸੇ ਹੈਗਾ ਕਿ ਉਹਨਾਂ ਦੀਆਂ ਸੋਸ਼ਲ ਪਰਸਨਲ ਇੰਗੇਜਮੈਂਟਸ ਨੇ ਪਰ ਕਈ ਵਾਰੀ ਜਿਸ ਜ਼ਿੰਮੇਵਾਰੀ 'ਤੇ ਤੁਸੀਂ ਬੈਠੇ ਹੁੰਦੇ ਆ ਉਸ ਵਕਤ ਤੁਸੀਂ ਆਪਣੀਆਂ ਜਿਹੜੀਆਂ ਪਰਸਨਲ ਸੋਸ਼ਲ ਇੰਗੇਜਮੈਂਟਸ ਨੇ ਉਹਨਾਂ ਬਾਰੇ ਵੀ ਵਿਚਾਰ ਕਰਕੇ ਚੱਲਣਾ ਚਾਹੀਦਾ ਪਰ ਹੋਇਆ ਇੱਥੇ ਆ ਕਿ ਜਿਹੜੀ ਸਿੱਖਾਂ ਦੀ ਇਸ ਟਾਈਮ 'ਤੇ ਇੰਸਟੀਟਿਊਸ਼ਨਲ ਲੀਡਰਸ਼ਿਪ ਹੈਗੀ ਆ ਉਹ ਹਨੇਰਿਆਂ ਦਾ ਉਹ ਇਸ ਤਰ੍ਹਾਂ ਦੇ ਹਨੇਰਿਆਂ 'ਚ ਹੈ ਕਿ ਉਹਦਾ ਇਲਾਜ ਕੀ ਹੈ ਇਹੀ ਨਹੀਂ ਸਮਝ ਆ ਰਿਹਾ ਕਿ ਇਹ ਬੁੱਝ ਕੇ ਜੀਣਾ ਰਿਵਾਜ ਕੀ ਆ ਇਹ ਵੀ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਸ ਹਨੇਰੇ 'ਚੋਂ ਮੁੜ ਕੇ ਆਪਣੇ ਆਪ ਨੂੰ ਉਭਾਰਨਾ ਕਿਵੇਂ ਆ ਇਹ ਵੀ ਸਵਾਲ ਆ ਰਿਹਾ ਕਿ ਇਹ ਲੋਕ ਇਹ ਨਹੀਂ ਸੋਚਣਾ ਚਾਹੁੰਦੇ ਕਿ ਬਲਨ ਬਿਨਾਂ ਹੀ ਮਿਲੇਗਾ ਇਹ ਸੋਚਦੇ ਆ ਕਿ ਇਹਨਾਂ ਰਾਹੀਂ ਹੀ ਅਸੀਂ ਚਾਨਣ ਲਿਆਵਾਂਗੇ ਇੱਦਾਂ ਦੇ ਪ੍ਰਗਟਾਵਿਆਂ ਦੇ ਨਾਲ ਜਿਹੜੇ ਕਿ ਦਿਖਾਵੀ ਪ੍ਰਗਟਾਵੇ ਨੇ ਪਰ ਇਹ ਮਤ ਖਿਆਲ ਕਰਨ ਕਿ ਬਲਨ ਬਿਨਾਂ ਇੱਥੇ ਦੁਬਾਰਾ ਆਪਣੇ ਆਪ ਨੂੰ ਇਹਨਾਂ ਹਨੇਰਿਆਂ ਦੇ ਵਿੱਚੋਂ ਨਿਕਲਿਆ ਨਹੀਂ ਜਾਣਾ ਜਦਕਿ ਇਹ ਉਸ ਤਪਸ਼ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਜਿਹੜੀਆਂ ਰੇਤਾਂ ਤੋਂ ਅਸੀਂ ਤੁਰ ਕੇ ਆਏ ਹਾਂ ਸਾਡੇ ਪੈਰਾਂ ਦੇ ਸੇਕ ਅੱਜ ਵੀ ਉਹ ਯਾਦਾਂ ਲੈ ਕੇ ਬੈਠੇ ਨੇ ਪਰ ਇਹ ਤਾਂ ਇਹ ਆ ਵੀ ਵੱਡੀਆਂ ਵੱਡੀਆਂ ਕਿਰਪਾਨਾਂ 'ਤੇ ਇਹ ਪਾਉਣੀਆਂ ਜਾਣਦੇ ਨੇ ਉਹਨਾਂ ਦੀ ਮਹੱਤਤਾ ਬਾਰੇ ਨਹੀਂ ਜਾਣਦੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਉਂ ਅੱਜ ਸਿੱਖ ਨੌਜਵਾਨ ਇੰਨੇ ਆਪਣੇ ਆਪ ਨੂੰ ਤਾਲੀਬਾਨੀ ਬਣਾ ਰਹੇ ਨੇ ਕਿ ਆਪ ਹੀ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਬੰਬ ਧਮਾਕੇ ਕਰ ਰਹੇ ਆਪਣੇ ਆਪ ਨੂੰ ਉਹ ਸਹੀ ਠਹਿਰਾ ਰਹੇ ਉਹ ਬਾਣੇ ਪਾਏ ਹੋਏ ਆ ਆਪਾਂ ਮਤਲਬ ਕਿ ਇਹ ਜਾ ਕਿੱਧਰ ਨੂੰ ਰਿਹਾ ਇੱਕ ਵਰਗ ਸਿੱਖ ਕੌਮ ਵਿੱਚ
ਆਪਾਂ ਦੇਖਦੇ ਹਾਂ ਕਿ ਜਣਾ ਖਣਾ ਆ ਕੇ ਇੱਥੇ ਸਿੱਖ ਪ੍ਰਚਾਰਕ ਬਣ ਜਾਂਦਾ, ਆਪਣੇ ਵੱਲੋਂ ਹੀ ਵਹੀਰਾਂ ਕੱਤਣ ਲੱਗ ਜਾਂਦੇ ਨੇ, ਜਦੋਂ ਉਹਦਾ ਫਿਰ ਆ ਕੇ ਜਦੋਂ ਬਲਣ ਦਾ ਟਾਈਮ ਆਉਂਦਾ ਜਾਂ ਅੱਗੇ ਅੱਗ ਆਉਂਦੀ ਆ ਤਾਂ ਫਿਰ ਉਹ ਸੇਕ ਦੇ ਨੇੜੇ ਵੀ ਨਹੀਂ ਖੜਨਾ ਚਾਹੁੰਦੇ। ਇਹ ਜਿਹੜਾ ਹੋਇਆ ਨਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੋ ਵਾਕਿਆ ਹੋਇਆ, ਜੇ ਵਾਕਿਆ ਹੀ ਇਹਦੇ 'ਚ ਸਿੱਖ ਨੌਜਵਾਨ ਇਨਵੋਲਵਡ ਨੇ ਤਾਂ ਮੇਰਾ ਖਿਆਲ ਇਦੋਂ ਵੱਡਾ ਸੀਰੀਅਸ ਆਸਪੈਕਟ ਜਿਹਦੇ ਬਾਰੇ ਆਪਾਂ ਨੂੰ ਕਹਿਣਾ ਵੀ ਔਖਾ ਕਿ ਅਸੀਂ ਇੰਨੇ ਮਤਲਬ ਕਿ ਗਿਰਾਵਟ ਦਾ ਕੰਢੇ 'ਤੇ ਪਹੁੰਚ ਗਏ ਹਾਂ ਕਿ ਅਸੀਂ ਆਪਣੇ ਹੀ ਜਿਹੜੇ ਕਿ ਮੋਸਟ ਸਾਡੀ ਪ੍ਰੈਸ਼ੀਅਸ ਥਾਂ ਹੈਗੀ ਆ ਅਸੀਂ ਉਹਦੇ ਆਲੇ ਦੁਆਲੇ ਬੰਬ ਚਲਾਉਣ ਲੱਗ ਗਏ। ਇਹ ਮਤਲਬ ਕਿ ਇਹ ਬੜਾ ਸੀਰੀਅਸ ਆ ਸੁਖਵਿੰਦਰ ਜਿਹੜਾ ਇਸ਼ੂ ਜਿਹਦੇ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਨਾ ਕੋਈ ਇਸ ਬਾਰੇ ਆਪਣਾ ਪ੍ਰਗਟਾਵਾ ਕਰਨਾ ਚਾਹੀਦਾ ਸੀ। ਅੱਬਲ ਤਾਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਦੇ ਹਜੂਮ ਨੇ ਇੱਕ ਲਿੰਚਿੰਗ ਕੀਤੀ ਸੀਗੀ ਉਦੋਂ ਹੀ ਸਵਾਲ ਖੜਾ ਹੋ ਜਾਣਾ ਚਾਹੀਦਾ ਸੀ ਕਿ ਆਪਾਂ ਜਿਹੜੇ ਭਾਈ ਘਨੱਈਆ ਦੇ ਵਾਰਸ ਹਾਂ ਆਪਾਂ ਕਰ ਕੀ ਰਹੇ ਹਾਂ, ਜਿਨ੍ਹਾਂ ਨੂੰ ਮਤਲਬ ਕਿ ਇੰਟਰਨੈਸ਼ਨਲ ਰੈੱਡ ਕਰੋਸ ਵੀ ਆਪਣਾ ਆਈਕੋਨ ਮੰਨਦੀ ਆ, ਉਸ ਤਰ੍ਹਾਂ ਦੀ ਆਪਾਂ ਸੋਚ ਵਿਰਾਸਤ ਨੂੰ ਛੱਡ ਕੇ ਆਪਾਂ ਕੀ ਕਰ ਰਹੇ ਹਾਂ, ਆਪਾਂ ਦਰਬਾਰ ਸਾਹਿਬ ਦੇ ਅੰਦਰ ਲਿੰਚਿੰਗ ਕਰ ਰਹੇ ਹਾਂ। ਭਾਵੇਂ ਕਿੱਡਾ ਵੀ ਕ੍ਰਾਈਮ ਕਿਉਂ ਨਾ ਹੋਵੇ, ਜਦਕਿ ਚਾਹੀਦਾ ਤਾਂ ਜਿਵੇਂ ਮਰਿੰਡੇ ਬੰਦਾ ਫੜਿਆ ਗਿਆ ਸੀ ਜਾਂ ਹੋਰ ਬੰਦੇ ਫੜੇ ਆ ਉਹਨਾਂ ਦੀ ਸਗੋਂ ਆਪਣੇ ਪਤਵੰਤੇ ਸੱਜਣ ਪੁਲਿਸ ਸਟੇਸ਼ਨ 'ਚ ਬਹਿ ਕੇ ਆਪਣੇ ਸਾਹਮਣੇ ਪੁੱਛਗਿੱਛ ਕਰਵਾਉਂਦੇ ਕਿ ਪਤਾ ਲੱਗਦਾ ਵੀ ਕੀ ਕਾਰਨ ਨੇ ਜਿਹੜੇ ਇਸ ਤਰ੍ਹਾਂ ਦੇ ਐਕਸਟ੍ਰੀਮ ਸਟੈਪਸ ਤੱਕ ਬੰਦੇ ਪਹੁੰਚ ਗਏ ਹੋਏ ਆ। ਹੁਣ ਜਿਹੜੀ ਦਰਬਾਰ ਸਾਹਿਬ ਬਾਰੇ ਆਲੇ ਦੁਆਲੇ ਮੁੰਡੇ ਫੜੇ ਆ ਉਹ ਤਾਂ ਮੈਂ ਕਹਿੰਦਾ ਕਿ ਸਾਡੀ ਖੁਸ਼ਕਿਸਮਤੀ ਆ ਕਿ ਜਿਹੜੇ ਸੇਵਾਦਾਰ ਸੀ ਐਸ ਜੀ ਪੀ ਸੀ ਦੇ ਉਹਨਾਂ ਦੀ ਚਕੰਤਾ ਕਰਕੇ ਉਹ ਫੜੇ ਗਏ। ਸ਼ਾਇਦ ਪੁਲਿਸ ਦਾ ਪਤਾ ਨਹੀਂ ਉਹਨਾਂ ਦੇ ਕੀ ਮੋਟਿਵਸ ਨੇ ਪੰਜਾਬ ਪੁਲਿਸ ਦੇ, ਵੀ ਨਹੀਂ ਤਾਂ ਇੰਨੇ ਦਿਨਾਂ ਤੋਂ ਤੁਸੀਂ ਫੜੇ ਗਏ ਹੋ। ਇਹ ਤਾਂ ਉਹਨਾਂ ਦੀ ਜਿਹੜੀ ਅਲਰਟਨੈਸ ਸੀਗੀ ਉਹਦੇ ਕਰਕੇ ਫੜੇ ਗਏ ਨੇ। ਕਦੀ ਵੀ ਇਹਨਾਂ ਨੇ ਜਦੋਂ ਪਹਿਲੇ ਦੋ ਬੰਬ ਚੱਲੇ ਆ ਕੀ ਇਹਨਾਂ ਨੇ ਸਰਾਂ ਚੈੱਕ ਕੀਤੀਆਂ, ਜਦਕਿ ਹੁਣ ਆ ਰਿਹਾ ਕਿ ਉਹ ਉੱਥੇ ਰਹਿ ਰਹੇ ਸੀ ਬੰਦੇ। ਇਹ ਚੀਜ਼ਾਂ ਇੰਨੇ ਥਾਂ ਤੇ ਸੀਸੀਟੀਵੀ ਕੈਮਰੇਸ ਲੱਗੇ ਨੇ, ਹਜੇ ਵੀ ਇਸ ਤਰ੍ਹਾਂ ਦੀ ਚੇਤਨਤਾ ਵਾਲੇ ਬੰਦੇ ਉਹ ਸਿੱਖ ਦੇ ਨੌਜਵਾਨੀ ਦੇ ਵਿੱਚ ਮੌਜੂਦ ਨੇ। ਇਹ ਬੜਾ ਸੀਰੀਅਸ ਮੈਟਰ ਹੈਗਾ ਤੇ ਜਿੱਥੋਂ ਤੱਕ ਇਹਨਾਂ ਦਾ ਅਹਿਮ ਪਬਲਿਕ ਫੰਕਸ਼ਨਾਂ ਦੇ ਵਿੱਚ ਜਾਣਾ ਤੇ ਜਿਸ ਰੁਤਬੇ ਤੇ ਇਹ ਬੈਠੇ ਆ ਉਹ ਬਿਲਕੁਲ ਹੀ ਇੱਕ ਡਿਬੇਟ ਦਾ ਕਾਰਨ ਬਣਦਾ ਕਿ ਕੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਜਦੋਂ ਸੀਐਮ ਭਗਵੰਤ ਮਾਨ ਦਾ ਵਿਆਹ ਹੋਇਆ ਸੀ ਉਦੋਂ ਵੀ ਸੀਐਮ ਜਿਹੜੇ ਹਾਊਸ ਦੇ ਵਿੱਚ ਜਿਸ ਤਰ੍ਹਾਂ ਪ੍ਰਗਟਾਵੇ ਹੋਏ ਸੀ, ਜਿਸ ਤਰ੍ਹਾਂ ਤਲਾਸ਼ੀਆਂ ਹੋਈਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਜਿਸ ਤਰ੍ਹਾਂ ਰਾਗੀ ਸਿੰਘਾਂ ਨੂੰ ਥੱਲੇ ਬਿਠਾਇਆ ਗਿਆ ਸੀ, ਆਪ ਇਹਨਾਂ ਨੇ ਆਪਣੇ ਸੁਪਰੀਮੋ ਨੂੰ ਗੱਦਿਆਂ ਤੇ ਉੱਚਾ ਬਿਠਾਇਆ ਸੀ, ਉਦੋਂ ਵੀ ਸਵਾਲ ਉੱਠੇ ਸੀਗੇ। ਪਰ ਇਹ ਕਦੀ ਕਿਸੇ ਨੇ ਇਹਨਾਂ ਨੇ ਇਸ ਰੁਤਬੇ ਵਾਲਿਆਂ ਨੇ ਕਦੀ ਉਹਨਾਂ ਬਾਰੇ ਵਿਚਾਰ ਕਰਨਾ ਹੀ ਨਹੀਂ ਚਾਹਿਆ। ਇਸੇ ਤਰ੍ਹਾਂ ਦਾ ਦ੍ਰਿਸ਼ ਹੁਣ ਜਿਹੜਾ ਦਿੱਲੀ ਆ ਹੋਇਆ ਹੈਗਾ ਮਤਲਬ ਕਪੂਰਥਲਾ ਹਾਊਸ 'ਚ, ਉਦੋਂ ਵੀ ਇਹ ਦ੍ਰਿਸ਼ ਸਾਹਮਣੇ ਆਏ। ਪਹਿਲੀ ਗੱਲ ਤਾਂ ਇਹ ਆ ਵੀ ਇੱਕ ਗਵਰਨਮੈਂਟ ਦੀ ਜਿਹੜੀ ਫੈਸਿਲਿਟੀ ਆ ਉਹਨੂੰ ਇੱਕ ਪ੍ਰਾਈਵੇਟ ਫੰਕਸ਼ਨ ਲਈ ਵਰਤਿਆ ਹੀ ਕਿਉਂ ਗਿਆ? ਕਪੂਰਥਲਾ ਹਾਊਸ ਕੋਈ ਮੈਰਿਜ ਪੈਲੇਸ ਤਾਂ ਹੈ ਨਹੀਂ ਗਾ। ਮੈਂ ਤਾਂ ਅੱਜ ਤੱਕ ਕਦੀ ਸੁਣਿਆ ਨਹੀਂ ਕਿ ਪੰਜਾਬ ਭਵਨ 'ਚ ਜਾਂ ਜਿਹੜਾ ਦਿੱਲੀ 'ਚ ਸਾਡਾ ਪੰਜਾਬ ਭਵਨ ਆ ਜਾਂ ਸ਼ਿਮਲੇ 'ਚ ਪੰਜਾਬ ਭਵਨ ਆ ਸਾਡਾ, ਉੱਥੇ ਕਦੀ ਕੋਈ ਇਸ ਤਰ੍ਹਾਂ ਦੇ ਮੈਰਿਜ ਫੰਕਸ਼ਨਸ ਹੋਏ ਹੋਣ? ਜਾਂ ਤਾਂ ਜਿਹੜੇ ਇਹ ਕਹਿੰਦੇ ਆ ਵੀ ਅਸੀਂ ਆਮ ਆਦਮੀ ਆ ਜਾਂ ਇਹਨਾਂ ਦੇ ਵਰਤਾਰੇ ਹੀ ਵੱਖਰੇ ਨੇ ਜਿਹੜੇ ਸਾਡੀ ਸਮਝ ਤੋਂ ਬਾਹਰ ਆ, ਜਾਂ ਅਸੀਂ ਆਮ ਜਿਹੜੀ ਇੱਕ ਸਧਾਰਨਤਾ ਉਹਦੇ ਤੋਂ ਅਸੀਂ ਅਗਿਆਨ ਹੈਗੇ ਹਾਂ। ਨੈਵਰ ਹਰਡ ਕਿ ਕਿਸੇ ਇਸ ਤਰ੍ਹਾਂ ਦੇ ਕਪੂਰਥਲਾ ਹਾਊਸ ਦੇ ਵਿੱਚ ਜਿਹੜੀ ਗਵਰਨਮੈਂਟ ਦਾ ਪਲੇਸ ਆ ਉੱਥੇ ਇਹ ਇੱਦਾਂ ਦੇ ਪ੍ਰਾਈਵੇਟ ਫੰਕਸ਼ਨਸ ਹੁੰਦੇ ਹੋਣ? ਸੀਰੀਅਸ ਉੱਤੋਂ ਇਹਨਾਂ ਦਾ ਜਾਣਾ ਕਿਸ ਤਰ੍ਹਾਂ ਮਤਲਬ ਕਿ ਆਪਣੇ ਆਪ ਨੂੰ ਜਾ ਕੇ ਉੱਥੇ ਦਰਸਾਉਣਾ, ਇਹ ਕੁਸ਼ਚਨ ਤਾਂ ਰਾਈਜ਼ ਹੁੰਦੇ ਆ ਨਾ। ਲੋਕਾਂ ਨੇ ਤਾਂ ਇਹਨਾਂ ਦੀ ਪਦਵੀ ਨੂੰ ਪੋਪ ਨਾਲ ਕੰਪੇਅਰ ਕੀਤਾ ਹੋਇਆ ਵੀ ਅੱਜ ਤੱਕ ਦਿਖਾ ਦਿਓ ਕਿਤੇ ਪੋਪ ਫਰਾਂਸਿਸ ਜਾਂ ਕੋਈ ਉਦੋਂ ਪਹਿਲਾਂ ਪੋਪ ਕਿਤੇ ਇਹ ਕਿਸੇ ਸੋਸ਼ਲ ਫੰਕਸ਼ਨ 'ਤੇ ਗਿਆ ਹੋਵੇ।
ਜਦਕਿ ਉਹਦਾ ਰੁਤਬਾ ਬੜਾ ਡਿਫਰੈਂਟ ਆ। ਉਹ ਇੱਕ ਸਰਮੌਰ ਹਸਤੀ ਮੰਨਿਆ ਜਾਂਦਾ ਦੁਨੀਆਂ 'ਚ, ਦੁਨੀਆਂ ਦੀਆਂ ਸਟੇਟਾਂ ਦੇ ਪ੍ਰੈਜੀਡੈਂਟ ਉਹਨੂੰ ਮਿਲਣ ਲਈ ਟਾਈਮ ਲੈਂਦੇ ਆ। ਹੁਣ ਯੂਕਰੇਨ ਦਾ ਪ੍ਰੈਜੀਡੈਂਟ ਗਿਆ ਸੀ ਜ਼ੇਲੈਂਸਕੀ, ਇਸੇ ਤਰ੍ਹਾਂ ਇਟੈਲੀਅਨ ਪ੍ਰਾਈਮ ਮਿਨਿਸਟਰ ਗਈ ਆ, ਕਿਉਂਕਿ ਜਿਹੜਾ ਵੈਟੀਕਨ ਦਾ ਏਰੀਆ ਹੈਗਾ ਉਹ ਆਪਣੇ ਆਪ 'ਚ ਇੱਕ ਸੋਵਰਨ ਮਤਲਬ ਕਿ ਲੈਂਡ ਹੈਗਾ, ਉੱਥੇ ਕਿਸੇ ਸਰਕਾਰਾਂ ਦੀ ਹਕੂਮਤ ਨਹੀਂ ਚੱਲਦੀ, ਉੱਥੇ ਵੈਟੀਕਨ ਦੀ ਪੋਪ ਦੀ ਰਾਜ ਚੱਲਦਾ। ਅਸੀਂ ਤਾਂ ਆਪਣਾ ਇੱਥੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੀ ਨਹੀਂ ਆਪਣੀ ਸੋਵਰਨਟੀ ਰੱਖ ਸਕੇ, ਆਪਣੇ ਵਿੱਚੋਂ ਇੱਕ ਛੋਟਾ ਜਿਹਾ ਤਬਕਾ ਉੱਥੇ ਹੀ ਬੰਬ ਚਲਾਉਣਾ ਚਾਹੁੰਦਾ। ਇਸੇ ਤਰ੍ਹਾਂ ਦੇ ਵਰਤਾਰਿਆਂ ਵਾਲੇ ਮਤਲਬ ਕਿ ਵਾਲਿਆਂ ਦੇ ਬਾਰੇ ਬਾਅਦ 'ਚ SGPC ਆਪਣੇ ਵਕੀਲ ਖੜੇ ਕਰ ਦਿੰਦੀ ਹੈ। ਜਿੱਥੇ ਇੰਨੀ ਵੱਡੀ ਅਟਰ ਕਨਫਿਊਜ਼ਨ ਆ, ਤੁਹਾਡਾ ਇੱਕ ਪ੍ਰਧਾਨ ਮਤਲਬ ਕਿ ਸਟੇਟ ਦਾ ਗੁਰਦੁਆਰਿਆਂ ਦਾ ਪ੍ਰਧਾਨ ਪੈਰਾਂ 'ਚ ਡਿੱਗਿਆ ਹੋਇਆ ਪੋਲੀਟੀਕਲ ਲੀਡਰਸ਼ਿਪ ਦੇ, ਇਸੇ ਤਰ੍ਹਾਂ ਤਖ਼ਤ ਪਟਨਾ ਸਾਹਿਬ ਦਾ ਸਵਾਲ ਆ। ਉੱਥੇ ਹੁਣ ਕਮੇਟੀ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਟਰਮੀਨੇਟ ਕਰਤੀਆਂ ਸਰਵਿਸਿਸ ਜਥੇਦਾਰ ਰਣਜੀਤ ਸਿੰਘ ਗੁਹਾਰ ਦੀਆਂ, ਕਿਉਂਕਿ ਉਹਨਾਂ 'ਤੇ ਵੀ ਪਹਿਲੇ ਇਸ਼ੂ ਲੱਗੇ ਸੀ। ਉਹ ਕਹਿੰਦੇ ਆ ਕਿ ਮੈਨੂੰ ਜਿਹੜੀ ਕਮੇਟੀ ਬਿਠਾਈ ਸੀ ਉਹਨੇ ਕਲੀਅਰ ਕਰਤਾ ਹੋਇਆ ਸਾਰੇ ਚਾਰਜਿਸ ਤੋਂ, ਪਰ ਜਿਹੜੀ ਪਟਨਾ ਸਾਹਿਬ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਉਹਨਾਂ ਨੇ ਉਹਨਾਂ ਦੀਆਂ ਸਰਵਿਸਿਸ ਟਰਮੀਨੇਟ ਕਰਤੀਆਂ ਅਤੇ 3 ਦਿਨ ਦਾ ਨੋਟਿਸ ਦਿੱਤਾ ਕਿ ਤੁਸੀਂ ਜੋ ਤੁਹਾਡੇ ਕੋਲ ਇੱਥੇ ਘਰ ਹੈਗਾ ਪ੍ਰੈਮਿਸਿਸ ਦੇ ਵਿੱਚ ਉਹ ਖਾਲੀ ਕਰ ਦਿੱਤਾ ਜਾਵੇ। ਉੱਥੇ ਇਹ ਵੀ ਸਵਾਲ ਆ ਕਿ 2020 ਤੋਂ ਉੱਥੇ ਉਹਨਾਂ ਦੀ ਕਮੇਟੀ ਨੇ ਹੁਕਮ ਦਿੱਤਾ ਹੋਇਆ ਕਿ ਜਿਹੜਾ ਕਿ ਮੁੜ ਕੇ ਨਵੰਬਰ 2022 ਦੇ ਵਿੱਚ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ ਕਿਹਾ ਸੀ, ਉੱਥੇ ਜਿੰਨੇ ਇੰਪਲੋਈਸ ਨੇ ਪਟਨਾ ਸਾਹਿਬ ਦੇ ਵਿੱਚ ਉਹਨਾਂ ਸਾਰਿਆਂ ਦਾ ਡੋਪ ਟੈਸਟ ਕਰਾਓ। ਇਸ ਤਰ੍ਹਾਂ ਦੇ ਡੋਪ ਟੈਸਟ ਬਾਰੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰੈਜੀਡੈਂਟ ਬਾਰੇ ਵੀ ਗੱਲਾਂ ਉੱਠ ਰਹੀਆਂ ਨੇ। ਇਸ ਤਰ੍ਹਾਂ ਪਰ ਕੋਈ ਸਟੈਪਸ ਚੱਕੇ ਨਹੀਂ ਜਾ ਰਹੇ। ਉੱਥੇ ਜਦੋਂ ਇੱਦਾਂ ਦੇ ਹਨੇਰੇ ਨੇ ਤਾਂ ਫਿਰ ਇਸ ਤਰ੍ਹਾਂ ਦੀਆਂ ਸੋਸ਼ਲ ਇੰਗੇਜਮੈਂਟਸ 'ਤੇ ਇਹਨਾਂ ਦਾ ਜਾਣਾ ਨਾ ਜਾਣਾ, ਕਿ ਮੇਰਾ ਖਿਆਲ ਇਹਨਾਂ ਲੋਕਾਂ ਲਈ ਤਾਂ ਮੈਂ ਨਹੀਂ ਰੱਖਦਾ ਕਿ ਸਾਡੀ ਇੰਪੋਰਟੈਂਸ ਕੀ ਹੈ। ਬਿਲਕੁਲ, ਤੁਸੀਂ ਸਿਕਿਉਰਿਟੀ ਦੇਖ ਲਓ, ਸੈਂਟਰਲ ਗੌਰਮੈਂਟ ਦੀ ਸਿਕਿਉਰਿਟੀ ਲਈ ਹੋਈ ਹੈ ਜਥੇਦਾਰ ਨੇ। ਕੀ SGPC ਕੋਲ ਆਪਣੇ ਕੋਈ ਗਾਰਡਸ ਹੈ ਨਹੀਂ ਗੇ ਜਿਹੜੇ ਇਹਨਾਂ ਨੂੰ ਪ੍ਰੋਟੈਕਸ਼ਨ ਲਈ ਦਿੱਤੇ ਜਾਣ? ਅੱਬਲ ਤਾਂ ਖਤਰਾ ਚਾਹੀਦਾ ਨਹੀਂ ਇੱਦਾਂ ਦੇ ਬੰਦੇ ਨੂੰ ਕਿਸੇ ਤੋਂ। ਬਿਲਕੁਲ ਗਿੱਲ ਸਾਹਿਬ, ਗੱਲ ਹੁਣ ਅਗਲੀ ਕਾਂਗਰਸ ਦੀ ਸਿਆਸਤ ਦੀ ਹੈ। ਕਰਨਾਟਕ ਦੇ ਨਤੀਜਿਆਂ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਹੋਰ ਮਜ਼ਬੂਤ ਹੋਣਗੀਆਂ ਤੇ ਕਾਂਗਰਸ ਉਹਨੂੰ ਸ਼ਾਇਦ ਲੀਡ ਕਰੇਗੀ। ਪ੍ਰਧਾਨ ਮੰਤਰੀ ਚਿਹਰੇ ਜਦੋਂ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਵਿਰੋਧੀ ਧਿਰਾਂ ਦੇ ਉਸ ਧੜੇ ਦੇ ਵਿੱਚ ਕਿਤੇ ਕਿਤੇ ਨਜ਼ਰ ਆਉਂਦੇ ਨੇ। ਹਾਲਾਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੱਥ ਖੜੇ ਕਰਤੇ ਸੀ ਕਿ ਅਸੀਂ ਇਹਦੇ ਵਿੱਚ ਨਹੀਂ ਆਉਣਾ। ਇੱਕ ਦੋ ਥਾਵਾਂ ਤੇ ਹੋਰ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ। ਪਰ ਜਿਹੜੀ ਗੱਲ ਆਉਂਦੀ ਹੈ ਕਿ ਇਹਦੇ ਨਾਲ ਜੋ BJP ਨੂੰ ਬੈਕਫੁੱਟ ਤੇ ਹੋਣਾ ਪਿਆ ਤੇ ਵਿਰੋਧੀ ਧਿਰਾਂ ਦਾ ਮਜ਼ਬੂਤ ਹੋਣਾ, ਇਹ ਕਿੰਨਾ ਕੁ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਸਿਆਸੀ ਤੌਰ ਉੱਤੇ ਲਾਹੇਵੰਦ ਲੱਗਦਾ? ਜਿਹੜੀ ਚੇਂਜ ਆਈ ਹੈਗੀ ਕਰਨਾਟਕਾ ਦੇ ਵਿੱਚ, ਉਹਦੇ ਨਾਲ ਇਹ ਤਾਂ ਜ਼ਰੂਰ ਆ, ਜਿਸ ਤਰ੍ਹਾਂ ਕਿ DMK ਦੇ ਲੀਡਰ ਜਿਹੜੇ ਕਿ ਚੀਫ ਮਿਨਿਸਟਰ ਨੇ ਤਾਮਿਲਨਾਡੂ ਦੇ, ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਡਰਾਵੇਡੀਅਨ ਹੈਗਾ ਖਿੱਤਾ, ਅਸੀਂ ਇੱਥੋਂ ਸੈਫਰਨਾਈਜੇਸ਼ਨ ਦਾ ਮਾਹੌਲ ਸਦਾ ਲਈ ਭਜਾਤਾ। ਇੱਕ ਸਟੈਪ ਤਾਂ ਬਹੁਤ ਵੱਡਾ ਹੈਗਾ ਜਿਹੜਾ ਉੱਥੇ ਲੋਕਾਂ ਨੇ ਤਬਦੀਲੀ ਲਿਆਂਦੀ ਆ। ਜਦੋਂ ਸਰਕਾਰਾਂ ਤੁਹਾਡੀਆਂ ਪਰਸਨਲ ਲਾਈਫ 'ਚ, ਤੁਹਾਡੀਆਂ ਪਰਸਨਲ ਅਪੀਅਰੈਂਸਿਸ ਦੇ ਵਿੱਚ, ਤੁਹਾਡੀਆਂ ਪਰਸਨਲ ਹੈਬਿਟਸ ਦੇ ਵਿੱਚ ਇੰਟਰਫੇਅਰ ਕਰਨ ਲੱਗ ਜਾਣ, ਕਿਉਂਕਿ ਇੰਡੀਆ ਜਿਹੜੀ ਹੈਗਾ ਨਾ ਇੱਕ ਇਸ ਤਰ੍ਹਾਂ ਦਾ ਮੁਲਕ ਹੈਗਾ ਇਹ, ਇੱਥੇ ਜਿਹੜੇ ਲੋਕ ਨੇ ਨਾ ਇਹਨਾਂ ਦਾ ਜਿਹੜਾ ਦੇ ਆਰ ਸੋ ਇਨਸੂਲਰ ਪੀਪਲ, ਕਿ ਇੰਨੇ ਮਤਲਬ ਕਿ ਹੈਗੇ ਨੇ ਆਪਣੇ ਆਪ ਤੋਂ ਹੀ ਭੈ ਪੀਤ, ਇਹਨਾਂ 'ਤੇ ਰਾਜ ਕਰਨ ਵਾਲੀਆਂ ਵੀ ਜਿਹੜੀਆਂ ਸਰਕਾਰਾਂ ਨੇ ਉਹ ਵੀ ਪੈਥੋਲੋਜੀਕਲੀ ਪਰਮਿਸਕੁਅਸ ਮੈਡਲਸਮ ਸਰਕਾਰਾਂ ਨੇ, ਜਿਹੜੀਆਂ ਕਿ ਤੁਹਾਡੇ ਹਰ ਪੱਖ ਹਰ ਬਿਰਤੀ ਦੇ ਵਿੱਚ ਆਪਣੀ ਇੰਟਰਫੇਰੈਂਸ ਕਰਨੀਆਂ ਚਾਹੁੰਦੀਆਂ ਨੇ ਕਿ ਤੁਸੀਂ ਕੀ ਖਾਣਾ, ਕੀ ਪਾਉਣਾ, ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ।
किस तरह दियां रौ रीतां तुसीं रखनियां नहीं रखनियां, जबकि ये कदी भी स्टेट मैटर्स होने नहीं चाहिए। इत्थे जिहड़ी हैगी आ ना लोकां दे विच बिरती आ कि दे लैट द रिलीजन कैरी बर्डनस ऑफ द पेन, जिन्नी भी उन्हां दी कोई दुख तकलीफ आ सारा कुछ अपने रिलीजन ते छड़ दिंदे, ये नहीं कि इस दी आप वो की हल कर सकदे। इत्थे एक तरह ना जिहड़ी पॉलिटिक्स आ ना इट्स बेसिकली एन सिस्टमैटिक ऑर्गनाइजेशन ऑफ हेटरेड। तुसीं देख लो भी 33,000 तो उत्ते इत्थे हुण तक रॉयट्स हो चुके ने इंडिया दे इन द लास्ट 75 ईयर्स, ते पीपल स्टिल मूव ऑन जिवें कुछ होया ही नहीं। जिस तरह का तुसी ट्राइबल लोग की मंग कर रहे कि सानू चंगी हैल्थ केयर दे दो, चंगा सानू एजुकेशन दे दो, साढ़े बेसिक अमेनिटीज दे दो, फैसिलिटीज दे दो जिहड़ियां साढ़े को 100 साल तो है नहीं गया, ते साढ़े जंगलों नू ना कट्टो, उन्हां नू मिल की रहा हैगा, इत्थे मिलिटैरली उन्हां नू दवाया जा रहा, डीफॉरेस्टेशन की जा रही है, कारपोरेशन नू उन्हां दे लैंड धक्के ना दिते जा रहे आ, उन्हां नू घरां तो बेघर किया जा रहा, ते फिर उत्थे बगावत उठनी तो हैगी है ना, बट नैचुरल। इस तरह मणिपुर च होया हैगा कि ट्राइबल लोग जिहड़े कि बड़े लंबे चिर तो दबाए जा रहे सी, आखिरकार उन्होंने भी उठना ही, पर उहदे नाल जिहड़ी एथनिक क्लिनजिंग हुई आ, चर्चा साड़तियां, लोगों के घर जिहड़े बने बनाए ब्यूरोक्रैट्स तक के घर जिहड़े सीगे वह सारे साड़ दिते गए, क्योंकि वह एक पर्टिकुलर मनोरिटी का नाल संबंध रखते सी, ते पुलिस एक मूक दर्शक बन के खड़ी रही। हुण इन्हां ने आर्मी 10,000 आर्मी भेजी आ, उत्थे टोटल मार्शल लॉ लाया होया, एयरफोर्स दीआं उत्ते सॉर्टीज चल रही हैगियां ने टू कीप द सिचुएशन अंडर कंट्रोल। इत्थे ठीक आ इहदे च कर्नाटका च चेंज आई आ, पर हजे इह नहीं दावेदारी कर सकदी कांग्रेस कि असी उस ओपोजिशन की लीडरशिप दे हैगे आ हुण काबल। हुण जिहड़ियां नैक्सट इलैक्शन मध्य प्रदेश होणगियां, छत्तीसगढ़ दे विच होणगियां, इसे तरह राजस्थान च होणगियां, ये पता लगूगा कि जिहड़ा कर्नाटका का इफेक्ट आ परकुलेट करता इन्हां स्टेट्स दे विच कि नहीं, क्योंकि दूजे पासे ये भी आ कि जिस तरह राम मंदिर की असारी हो रही आ तेजी नाल विद द मतलब कि स्टेट दी नाल असिस्टेंस दे, वो भी एक अज नहीं तो कल एक बड़ा पोलिटिकल मुद्दा बना के उन्हों एक अपने पोलिटिकल डिविडेंट्स लिए अपने पोलिटिकल बेनिफिट्स लिए वरत्या जाऊगा। तो 2024 दे जिहड़ियां इलैक्शनस ने नैशनल उहदे विच एक सीरीयस मुद्दा बना के उन्हों एक बहुत वड्डी प्राप्ति दे रूप विच अपने पोलिटिकल जिहड़े उन्हां नू इहदे चो मफाद हल हो सकदे उह कीते जाणगे। इसे तरह जिस तरह की ट्रबलिंग सिचुएशन पाकिस्तान दे विच हैगी अज, उहदे विचों भी जिस तरह मिलिटैरली दी लोकां दे नाल आम लोकां दे नाल कन्फ्रंटेशन वध रही आ, पोलिटिकल क्लास नाल वध रही आ, ते जिवें उत्थों दे फॉर्मर प्राइम मिनिस्टर इमरान खान बार बार आर्मी दे जनरलां दे खिलाफ बोल रहे ने, उस चीज़ के नाल भी जो सनैरियो डिवेलप हुंदा उहदे विच भी किते ना किते भारत की जिहड़ी सियासत आ उहदे च कोई ना कोई अपना बालाकोट वांगू कोई एंगल वरत के अपनी सियासत नूं अगे लिआउणा चाहुणगे। इह जिहड़ी पोलराइजेशन की सियासत आ ना इह इक नवां पलॉय वजों वरत्या जाऊगा प्रेजेंट रूलिंग गौरमेंट वल्लों। इहदे विच पंजाब भी एक लबोरटरी बन सकदा, जिस तरह दे आपां देखिया कि इहदे च सिख नौजवानी दे विच जिहड़ी एक छोटे जे तबके दे विच प्रकाट पैदा कीती जा रही आ, अनईजीनैस उहनां विच पैदा कीती जा रही आ किसे ना किसे वे आउट दे नाल, कि जिहड़े कि आप ही दरबार साहब दे नेड़े जा के धमाके कर सकदी आ, उहदा भी अल्टीमेटली जिहड़ा बेनीफिशरी सोने ने वह सेंट्रल जिहड़ी रूलिंग अलीट आ उहनूं ही फायदा करूगी, क्योंकि हुण जिवें कांग्रेस वापस अपनी राह ते सैकुलर राह ते मुड़ी आ
ਇਹਨਾਂ ਨੇ ਵੀ ਬਹੁਤ ਲੰਮਾ ਚਿਰ ਇਸੇ ਤਰ੍ਹਾਂ ਦੀ ਪੋਲਰਾਈਜੇਸ਼ਨ ਦੀ ਸਿਆਸਤ ਕੀਤੀ ਆ, ਤੇ ਉਹਦੇ ਨਾਲ ਉਹਦੇ ਕਰਕੇ ਲੰਮਾ ਚਿਰ ਰਾਜ ਵੀ ਕੀਤਾ। ਚਾਹੇ ਤੁਸੀਂ 1984 ਦੇਖ ਲਓ, 1992 ਵੇਲੇ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਜਿੱਥੇ ਰਾਮ ਮੰਦਿਰ ਬਣ ਰਿਹਾ, ਉਹ ਵੀ ਡਿਊਰਿੰਗ ਦਾ ਰਜੀਮ ਆਫ ਕਾਂਗਰਸ ਸੀਗਾ। ਜਦੋਂ ਜਿੱਥੋਂ ਵਿਵਾਦ ਇਹ ਸ਼ੁਰੂ ਹੋਇਆ ਬਾਬਰੀ ਮਸਜਿਦ ਵਾਲਾ, ਉਹ ਵੀ ਰਾਜੀਵ ਗਾਂਧੀ ਦੇ ਐਰਾ ਤੋਂ ਸ਼ੁਰੂ ਹੋਇਆ, ਜਿਹੜਾ ਕਿ ਹਜੇ ਵੀ ਥੰਮਣ ਦਾ ਨਾਂ ਨਹੀਂ ਲੈ ਰਿਹਾ, ਕਿਉਂਕਿ ਹੁਣ ਕਈ ਹੋਰ ਜਿਹੜੀਆਂ ਪੁਰਾਣੀਆਂ ਮਸਜਿਦਾਂ ਨੇ ਉਹਨਾਂ ਬਾਰੇ ਵੀ ਵਿਵਾਦ ਖੜੇ ਕੀਤੇ ਜਾ ਰਹੇ ਨੇ, ਹੁਣ ਉਹਨਾਂ ਨੂੰ ਵਧਾਇਆ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਬਿਲਕੁਲ, ਸ਼ੁਕਰੀਆ ਗਿੱਲ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ।